ਹੁਣ ਤੁਸੀਂ ਅਕਾਲ ਚੈਨਲ ਨੂੰ ਕਿਸੇ ਵੀ ਸਮੇਂ ਕਿਸੇ ਵੀ ਥਾਂ ਤੇ ਦੇਖ ਸਕਦੇ ਹੋ ਉਹ ਵੀ ਅਕਾਲ ਚੈਨਲ ਦੀ ਐਪ ਦੇ ਜ਼ਰੀਏ ਜਿਸ ਦੇ ਵਿੱਚ ਲਾਈਵ ਟੀਵੀ ਪ੍ਰੋਗਰਾਮ ਵੀਡੀਓਜ਼ ਕੈਚ ਅਪ ਟੀਵੀ ਅਕਾਲ ਰੇਡੀਓ ਅਤੇ ਨੋਟਿਸ ਦੇ ਵਿੱਚ ਸਾਰੇ ਪ੍ਰੋਗਰਾਮਾਂ ਦਾ ਵੇਰਵਾ ਮੌਜੂਦ ਹੈ ਤੁਸੀਂ ਇਸ ਐਪ ਦੇ ਜ਼ਰੀਏ ਗੁਰਬਾਣੀ ਸੰਥਿਆ ਦਾ ਵੀ ਆਨੰਦ ਮਾਣ ਸਕਦੇ ਹੋ ਅਕਾਲ ਚੈਨਲ ਦੀ ਐਪ ਨੂੰ ਹੁਣੇ ਡਾਊਨਲੋਡ ਕਰੋ ਗੂਗਲ ਪਲੇ ਸਟੋਰ ਅਤੇ ਐਪ ਸਟੋਰ ਦੇ ਵਿੱਚੋਂ ਵਰਲਡ ਨੰਬਰ 1 ਸਿੱਖ ਮੀਡੀਆ ਚੈਨਲ ਅਕਾਲ ਚੈਨਲ ਆਪ ਵੇਖ ਰਹੇ ਹੋ ਅਕਾਲ ਚੈਨਲ ਅਕਾਲ ਚੈਨਲ ਦੇ ਉੱਪਰ ਹਫ਼ਤਾਵਾਰੀ ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ ਮੈਂ ਹਾਂ ਐਡਵੋਕੇਟ ਇੰਦਰਜੀਤ ਸਿੰਘ ਅਤੇ ਆਪ ਸਭ ਜੀ ਦਾ ਮੈਂ ਸਵਾਗਤ ਕਰਦਾ ਹਾਂ ਦੋ ਹਫ਼ਤਿਆਂ ਦੀ ਗੈਰ ਹਾਜ਼ਰੀ ਤੋਂ ਬਾਅਦ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ ਨਜ਼ਰ ਮਾਰਾਂਗੇ ਇਸ ਹਫ਼ਤੇ ਦੀਆਂ ਕੁਛ ਖਬਰਾਂ 'ਤੇ ਖਾਸ ਕਰ ਜਿਹੜਾ ਇੰਡੀਆ ਅਤੇ ਪੰਜਾਬ ਦੇ ਵਿੱਚ ਚੋਣਾਂ ਹੋ ਰਹੀਆਂ ਨੇ ਪਰ ਕੁਛ ਕੁ ਖਬਰਾਂ ਇੱਥੇ ਦੀਆਂ ਨੇ ਬ੍ਰਿਟੇਨ ਦੀਆਂ ਜਿਹੜੀਆਂ ਮੁੱਖ ਖਬਰਾਂ ਦੇ ਵਿੱਚ ਇਸ ਵੇਲੇ ਜੋ ਹੈ ਉਹ ਹੈ ਕਿ ਰਾਣੀ ਕੁਈਨ ਦੇ ਘਰ ਪੜੋਤੜਾ ਹੋਇਆ ਹੈਗਾ ਪ੍ਰਿੰਸ ਚਾਰਲਸ ਦੇ ਲੜਕੇ ਪ੍ਰਿੰਸ ਹੈਰੀ ਦੇ ਘਰ ਜੋ ਹੈ ਮੁੰਡੇ ਨੇ ਜਨਮ ਲਿਆ ਹੈਗਾ ਅਤੇ ਉਸਦਾ ਨਾਮ ਵੀ ਆਰਸ਼ੀ ਹੈਰੀਸਨ ਰੱਖਿਆ ਹੈ ਔਰ ਰਾਣੀ ਦਾ ਇਹ 8ਵਾਂ ਗ੍ਰੈਂਡ ਚਿਲਡਰਨ ਹੈਗਾ ਅਤੇ ਇਸ ਦੇ ਨਾਲ ਰਾਣੀ ਦਾ ਜੋ ਪਰਿਵਾਰ ਹੈ ਉਸਦੇ ਵਿੱਚ ਜਿਹੜੀ ਆ ਨਸਲ ਵੀ ਬਦਲੀ ਹੈ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਪ੍ਰਿੰਸ ਹੈਰੀ ਦੇ ਘਰ ਵਾਲੀ ਜਿਹੜੀ ਮੈਗਨਾ ਹੈ ਉਹ ਅਮਰੀਕਾ ਦੇ ਰਹਿਣ ਵਾਲੀ ਹੈ ਅਤੇ ਇਸ ਕਰਕੇ ਉਸਨੂੰ ਕੋਈ ਅਹੁਦਾ ਜਿਸ ਤਰ੍ਹਾਂ ਡਿਊਕ ਜਾਂ ਲਾਰਡ ਜਾਂ ਇਸ ਤਰ੍ਹਾਂ ਦਾ ਕੋਈ ਵੀ ਜਿਹੜਾ ਅਹੁਦਾ ਉਸਨੂੰ ਹੋਰ ਜਿਹੜਾ ਨਾਮ ਨਹੀਂ ਦਿੱਤਾ ਗਿਆ ਅਤੇ ਬਾਅਦ ਵਿੱਚ ਇੰਗਲੈਂਡ ਦੇ ਆਉਂਦੇ ਜਿਹੜੇ 5 ਸਾਲ ਨੇ ਉਹ ਹਸਪਤਾਲਾਂ ਵਿੱਚ NHS ਲਈ ਬੜੀ ਸੰਕਟ ਵਾਲੇ ਨੇ ਕਿਉਂਕਿ ਡਾਕਟਰ ਅਤੇ ਨਰਸਾਂ ਦੀ ਬੜੀ ਘਾਟ ਚੱਲ ਰਹੀ ਹੈ ਇੰਗਲੈਂਡ ਦੇ ਵਿੱਚ ਔਰ ਇਸ ਦੇ ਉੱਪਰ NHS ਜੋ ਮੁਖੀ ਨੇ ਉਹਨਾਂ ਨੇ ਸਰਕਾਰ ਨਾਲ ਸਲਾਹ ਮਸ਼ਵਰਾ ਕੀਤਾ ਕਿ ਇਹ ਛੇਤੀ ਤੋਂ ਛੇਤੀ ਜਿਹੜੀ ਭਰਤੀ ਹੋ ਜਾਣੀ ਚਾਹੀਦੀ ਹੈਗੀ ਆ ਤਾਂ ਕਿ ਇਹ ਕਾਪਾ ਪੂਰਾ ਕੀਤਾ ਜਾਵੇ 10,000 ਤੋਂ ਉੱਪਰ ਜਿਹੜੇ ਆ ਖਾਸ ਕਰ ਨਰਸਾਂ ਅਤੇ ਡਾਕਟਰ ਆ ਉਹ ਇੰਡੀਆ ਫਿਲੀਪੀਨ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਤੋਂ ਜਿਹੜੀਆਂ ਭਰਤੀ ਕੀਤੀਆਂ ਜਾਣਗੀਆਂ ਅਗਰ ਤੁਹਾਡੇ ਵੀ ਕੋਈ ਰਿਸ਼ਤੇਦਾਰਾਂ ਦੇ ਵਿੱਚ ਨਰਸ ਅਤੇ ਡਾਕਟਰ ਹੋਵੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਪੜ੍ਹੇ ਲਿਖੇ ਤਾਂ ਜ਼ਰੂਰ ਤਿਆਰੀ ਕਰਵਾ ਲੈਣੀ ਚਾਹੀਦੀ ਆ ਕਿਉਂਕਿ ਇੱਥੇ ਸੁਨਹਿਰੀ ਮੌਕਾ ਬਣੇਗਾ ਬ੍ਰਿਟੇਨ ਦੇ ਵਿੱਚ ਅਤੇ ਇੱਥੇ ਵੀ ਚੋਣਾਂ ਸ਼ੁਰੂ ਹੋ ਗਈਆਂ ਨੇ ਟੋਰੀ ਪਾਰਟੀ ਅਤੇ ਲੇਬਰ ਪਾਰਟੀ ਨੂੰ ਗਲ ਪਿਆ ਢੋਲ ਜਿਹੜਾ ਵਜਾਉਣਾ ਪਏਗਾ 23 ਮਈ ਨੂੰ ਯੂਰਪੀਅਨ ਚੋਣਾਂ ਜਿਹੜੇ MEP ਬਣਨੇ ਆ ਯੂਰਪੀਅਨ ਪਾਰਲੀਮੈਂਟ ਦੇ ਜਿਹੜੇ MP ਚੋਣ ਹੋਣੇ ਨੇ ਉਹਨਾਂ ਦੀਆਂ ਚੋਣਾਂ ਹੋਣੀਆਂ ਨੇ ਅਤੇ ਪਹਿਲਾਂ ਤਾਂ ਯੂਰਪੀਅਨ ਯੂਨੀਅਨ ਤੋਂ ਬਾਹਰ ਨਿਕਲ ਜਾਣਾ ਸੀ ਪਰ ਬ੍ਰਿਟੇਨ ਜੋ ਪਾਰਲੀਮੈਂਟ ਆ ਉਹ ਇਹ ਹੀ ਨਹੀਂ ਡਿਸਾਈਡ ਕਰ ਸਕੀ ਵੀ ਕਿਵੇਂ ਨਿਕਲਣਾ ਹੈ ਉਸਦਾ ਇਸ ਨੂੰ ਜਿਹੜਾ ਆ ਨੁਕਸਾਨ ਵੀ ਹੋਇਆ ਕਿਉਂਕਿ ਚੋਣਾਂ ਜੋ ਪਿਛਲੇ ਹਫ਼ਤਿਆਂ ਕੌਂਸਲ ਦੀਆਂ ਹੋਈਆਂ ਨੇ ਉਸ ਦੇ ਵਿੱਚ ਟੋਰੀ ਅਤੇ ਲੇਬਰ ਪਾਰਟੀ ਨੂੰ ਜਿਹੜਾ ਵੱਡਾ ਨੁਕਸਾਨ ਹੋਇਆ ਹੈਗਾ ਅਤੇ ਇਸੇ ਤਰ੍ਹਾਂ ਲੋਕ ਜਿਹੜੇ ਯੂਰਪੀਅਨ ਚੋਣਾਂ 23 ਮਈ ਨੂੰ ਹੋ ਰਹੀਆਂ ਉਸ ਵਿੱਚ ਵੀ ਦੋਵਾਂ ਪਾਰਟੀਆਂ ਨੂੰ ਸਬਕ ਜ਼ਰੂਰ ਸਿਖਾਲਣਾ ਚਾਹੁੰਦੇ ਨੇ ਕਿਉਂਕਿ ਟਾਈਮ ਵੇਸਟਿੰਗ ਹੋਈ ਆ ਪੈਸਾ ਵੇਸਟ ਹੋਇਆ ਪਾਰਲੀਮੈਂਟ ਦੇ ਵਿੱਚ ਕਿੰਨੀਆਂ ਬਹਿਸਾਂ ਹੋਈਆਂ ਪਰ ਜਿਹੜਾ ਗੱਡੀ ਆ ਕਿਸੇ ਵੀ ਸਿਰੇ ਜਿਹੜੀ ਨਹੀਂ ਲੱਗ ਸਕੀ ਪਾਕਿਸਤਾਨ ਦੀ ਗੱਲ ਕਰਦੇ ਹਾਂ ਕਿਉਂਕਿ ਆਪਾਂ ਨੂੰ ਪਤਾ ਕਿ ਫਰਵਰੀ ਦੇ ਵਿੱਚ ਭਾਰਤੀ ਹਵਾਈ ਜਹਾਜ਼ਾਂ ਨੇ ਉੱਥੇ ਹਮਲਾ ਕੀਤਾ ਸੀ ਔਰ ਰਾਜਨੀਤੀ ਚੱਲ ਰਹੀ ਹੈ ਚੋਣਾਂ ਹੈ ਹਿੰਦੁਸਤਾਨ ਦੇ ਵਿੱਚ ਵੀ ਹਮਲਾ ਹੋਇਆ ਹੀ ਨਹੀਂ ਇਹ ਤਾਂ ਸਿਰਫ ਦਰੱਖਤਾਂ ਦੇ ਉੱਪਰ ਬੰਬ ਸਿੱਟ ਕੇ ਆ ਗਏ ਨੇ ਅਤੇ ਉੱਥੇ ਕੋਈ ਵੀ ਅੱਤਵਾਦੀ ਜਿਹੜਾ ਨਹੀਂ ਮਾਰਿਆ ਗਿਆ ਸੀ ਹੁਣ ਇਸ ਸੰਬੰਧੀ ਇੱਕ ਇਟਾਲੀਅਨ ਜੋ ਪੱਤਰਕਾਰ ਹੈ ਇੰਡੀਪੈਂਡੈਂਟ ਪੱਤਰਕਾਰ ਹੈ ਫਰੈਂਸੀਆ ਹੈਰਿਸ ਉਹਦਾ ਨਾਂ ਹੈਗਾ ਉਸਨੇ ਆਪਣੀ ਪੂਰੀ ਖੋਜ ਕੀਤੀ ਹੈ ਕਈ ਹਫ਼ਤੇ ਲਾ ਕੇ ਇਸ ਦੇ ਉੱਪਰ ਉਸ ਦੇ ਮੁਤਾਬਕ ਯਸ਼ੇ ਮੁਹੰਮਦ ਦੇ ਉਸ ਹਮਲੇ ਦੇ ਵਿੱਚ 170 ਦੇ ਕਰੀਬ ਜਿਹੜੇ ਲੋਕ ਆ ਉਹ ਮਾਰੇ ਗਏ ਨੇ ਉਸਨੇ ਇਹ ਦਾਅਵਾ ਕੀਤਾ ਹੈ ਆਪਣੀ ਰਿਪੋਰਟ ਦੇ ਵਿੱਚ ਉਸਨੇ ਆਖਿਆ ਕਿ 3:30 ਵਜੇ ਸਵੇਰੇ ਹਮਲਾ ਹੋਇਆ ਅਤੇ ਉੱਥੇ ਦੀ ਜੋ ਪਾਕਿਸਤਾਨ ਦੀ ਮਿਲਟਰੀ ਹੈ ਉਹ ਉੱਥੇ 6 ਵਜੇ ਦੇ ਕਰੀਬ ਪਹੁੰਚੀ ਆ ਅਤੇ ਆ ਕੇ ਉਸਨੇ ਲਾਸ਼ਾਂ ਨੂੰ ਇਕੱਠਾ ਕਰਨ ਦਾ ਕੰਮ ਸ਼ੁਰੂ ਕੀਤਾ ਅਤੇ ਜਿਹੜੇ ਜ਼ਖਮੀ ਲੋਕ ਸੀ ਉਹ ਉੱਥੋਂ ਚੱਕ ਕੇ ਮਿਲਟਰੀ ਕੈਂਪ ਦਾ ਜੋ ਹੋਸਪਿਟਲ ਹੈ ਸ਼ਿੰਕਾਰੀ ਉਸਦਾ ਨਾਮ ਹੈ ਉੱਥੇ ਉਹਨਾਂ ਨੂੰ ਲਿਜਾ ਕੇ ਰੱਖਿਆ ਗਿਆ ਅਤੇ ਇਲਾਜ ਕੀਤਾ ਗਿਆ ਉਸਨੇ ਦਾਅਵਾ ਕੀਤਾ ਕਿ ਰਿਪੋਰਟ 100% ਸਹੀ ਹੈ ਔਰ ਵੱਖ ਵੱਖ ਜਿਹੜੇ ਉੱਥੇ ਦੇ ਸਰਕਾਰੀ ਸਰੋਤ ਹੈ ਜਾਂ ਇਲਾਕੇ ਦੇ ਲੋਕ ਨੇ ਉਹਨਾਂ ਤੋਂ ਇਹ ਜਿਹੜੀ ਰਿਪੋਰਟ ਹੈ ਇਕੱਠੀ ਕੀਤੀ ਗਿਆ ਉਸਨੇ ਆਖਿਆ ਕਿ ਯਸੇ ਮੁਹੰਮਦ ਦੇ ਬਹੁਤ ਸਾਰੇ ਲੋਕਾਂ ਨੂੰ ਮਿਲੀ ਵੀ ਹਾਂ ਉਹਨਾਂ ਨੇ ਕਿਹਾ ਕਿ ਸਾਡੇ 'ਤੇ ਜੋ ਹਮਲਾ ਹੋਇਆ ਇਸ ਦਾ ਬਦਲਾ ਇੰਡੀਆ ਤੋਂ ਭਾਰਤ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਲਿਆ ਜਾਵੇਗਾ ਸੋ ਇਸ ਦੇ ਨਾਲ ਹਿੰਦੁਸਤਾਨ ਦੇ ਵਿੱਚ ਇਸ ਰਿਪੋਰਟ ਦੇ ਨਾਲ ਮੋਦੀ ਨੂੰ
ਸਿਆਸਤ ਚਮਕਾਉਣ ਦਾ ਜਿਹੜਾ ਫਿਰ ਮੌਕਾ ਮਿਲਿਆ ਹੈ। ਹੁਣ ਉਹ ਰੈਲੀਆਂ 'ਚ ਪਿਛਲੇ ਦਿਨਾਂ ਤੋਂ ਇਹ ਕਹਿ ਰਿਹਾ ਕਿ ਮੈਂ ਨਹੀਂ ਕਹਿ ਰਿਹਾ, ਬਾਹਰਲੇ ਪੱਤਰਕਾਰ ਇਹ ਕਹਿ ਰਹੇ ਨੇ ਕਿ ਹਮਲਾ ਹੋਇਆ, ਉਸ ਦੇ ਵਿੱਚ ਇੰਨੇ ਜਿਹੜੇ ਆ ਯਸ਼ੇ ਮੁਹੰਮਦ ਦੇ ਅੱਤਵਾਦੀ ਜਿਹੜੇ ਮਾਰੇ ਗਏ ਨੇ। ਪ੍ਰਧਾਨ ਮੰਤਰੀ ਜਿਹੜਾ ਨਰਿੰਦਰ ਮੋਦੀ ਹੈ ਉਹ ਦੁਨੀਆ ਦੇ ਵਿੱਚ ਇਸ ਵੇਲੇ ਨੰਬਰ 2 ਤੇ ਹੈ ਸੋਸ਼ਲ ਮੀਡੀਆ 'ਤੇ, ਜਿਸ ਨੂੰ ਫੇਸਬੁੱਕ ਕਹਿੰਦੇ ਹਾਂ, ਇੰਸਟਾਗ੍ਰਾਮ ਕਹਿੰਦੇ ਹਾਂ, ਅਤੇ ਉਸ ਦੇ ਵਿੱਚ ਜੋ ਲੋਕ ਉਸ ਨੂੰ ਪੜ੍ਹ ਰਹੇ ਨੇ, ਉਸ ਨੂੰ ਫੋਲੋ ਕਰ ਰਹੇ ਨੇ, ਉਹ ਇਸ ਵੇਲੇ ਦੂਜੇ ਨੰਬਰ 'ਤੇ ਦੂਜਾ ਵਿਅਕਤੀ ਹੈ। ਪਹਿਲੇ ਨੰਬਰ 'ਤੇ ਅਮਰੀਕਾ ਦਾ ਸਾਬਕਾ ਰਾਸ਼ਟਰਪਤੀ ਬਾਰਕ ਓਬਾਮਾ ਸੀ, ਜਿਸ ਨੂੰ ਕਿ 182 ਮਿਲੀਅਨ ਲੋਕ ਜਿਹੜੇ ਆ ਬਾਰਕ ਓਬਾਮਾ ਨੂੰ ਦੇਖਦੇ ਸਨ ਚੋਣਾਂ ਸਮੇਂ, ਅਤੇ ਹੁਣ ਚੋਣਾਂ ਸਮੇਂ ਮੋਦੀ ਨੂੰ 110 ਮਿਲੀਅਨ ਤੋਂ ਉੱਪਰ ਲੋਕ ਜਿਹੜੇ ਆ ਉਹ ਇਹਦੀ ਬਿਆਨਬਾਜ਼ੀ ਕੀ ਕਹਿ ਰਿਹਾ, ਗਲਤ ਕੀ ਕਹਿ ਰਿਹਾ, ਸਹੀ, ਉਹ ਇਸ ਨੂੰ ਜਿਹੜਾ ਫੋਲੋ ਕਰ ਰਹੇ ਨੇ। ਅਤੇ ਚੋਣਾਂ ਦੇ ਵਿੱਚ ਇਸ ਵੇਲੇ ਕਾਫੀ ਕਿਸਮਾਨ ਪਿਆ ਹੋ ਗਿਆ ਇੰਡੀਆ ਦੇ ਵਿੱਚ। 5 ਗੇੜਾਂ ਦੀਆਂ ਚੋਣਾਂ ਹੋਈਆਂ ਨੇ, 6ਵਾਂ ਗੇੜ ਜਿਹੜਾ ਸ਼ੁਰੂ ਹੈ। ਇਸ ਦੇ ਵਿੱਚ ਰਾਹੁਲ ਗਾਂਧੀ ਨੇ ਵੀ, ਜੋ ਕੇਜਰੀਵਾਲ ਵਾਂਗ ਮੋਦੀ ਦੇ ਖਿਲਾਫ਼ ਚੌਂਕੀਦਾਰ ਚੋਰ ਹੈ, ਉਸ ਸੰਬੰਧੀ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਆ ਇਸ ਨੇ ਮਾਫ਼ੀ ਮੰਗਣੀ ਪਈ ਆ, ਹਲਫ਼ਨਾਮਾ ਦੇਣਾ ਪਿਆ ਲਿਖਤੀ ਤੌਰ 'ਤੇ, ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਇਹ ਕੇਸ ਚਲੇ ਗਿਆ ਸੀ ਜਿਸ ਦੇ ਵਿੱਚ ਚੌਂਕੀਦਾਰ ਚੋਰ ਹੈ, ਇਹ ਗਲਤ ਦੀ ਜਿਹੜੀ ਆ ਰਫੇਲ ਮੁੱਦਾ ਜੋ ਜਹਾਜ਼ਾਂ ਸੀ ਉਸ ਦੇ ਸੰਬੰਧੀ ਇਹ ਛੜਿਆ ਸੀ। ਅਤੇ ਬੀ ਜੇ ਪੀ ਦੀ ਐੱਮ ਪੀ ਹੈ ਐਡਵੋਕੇਟ ਲੇਖੀ ਨੇ ਸੁਪਰੀਮ ਕੋਰਟ ਇੱਕ ਦਾਇਰ ਕੀਤੀ ਸੀ ਰਿਟ, ਉਸ ਦੇ ਵਿੱਚ ਜੋ ਫੈਸਲਾ ਆਇਆ ਸੀ ਸੁਪਰੀਮ ਕੋਰਟ ਦੇ ਫੈਸਲੇ ਨੂੰ ਰਾਹੁਲ ਗਾਂਧੀ ਨੇ ਆਪਣੇ ਚੋਣ ਪ੍ਰਚਾਰ ਵਿੱਚ ਗਲਤ ਤਰੀਕੇ ਦੇ ਨਾਲ ਵਰਤਿਆ, ਅਤੇ ਫਿਰ ਇਸ ਨੂੰ ਕੰਟੈਂਪਟ ਆਫ ਕੋਰਟ, ਜਿਸ ਨੂੰ ਅਦਾਲਤ ਦੀ ਮਾਨਹਾਨੀ ਕਹਿ ਲਈ, ਇਹਦੇ ਕੇਸ ਵਿੱਚ ਇਸ ਦੇ ਉੱਪਰ ਰਾਹੁਲ ਗਾਂਧੀ ਨੂੰ ਮਾਫ਼ੀ ਮੰਗਣੀ ਪਈ ਹੈ। ਰਾਹੁਲ ਗਾਂਧੀ ਇਸ ਵੇਲੇ ਮੱਧ ਪ੍ਰਦੇਸ਼, ਹਰਿਆਣੇ ਦੇ ਵਿੱਚ ਔਰ ਪ੍ਰਿੰਕਾ ਵਾਡਰਾ ਜਿਹੜੇ ਆ ਸਾਰੇ ਰਾਜਾਂ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ। ਆਖਰੀ ਪੜਾਵਾਂ 'ਤੇ ਜਿਹੜੀ ਆ ਹਿੰਦੁਸਤਾਨ ਦੀ ਜਿਹੜੀ ਆ ਭਾਰਤ ਦੀ ਜਿਹੜੀ ਆ ਚੋਣ ਆ ਉਹ ਪਹੁੰਚ ਚੁੱਕੀ ਹੈਗੀ ਆ। ਅਤੇ ਨਾਲ ਹੀ ਚੋਣਾਂ ਦੇ ਵਿੱਚ ਜੋ ਮੋਦੀ ਨੇ ਬ੍ਰਿਟੇਨ ਦੇ ਵਿੱਚ ਆ ਕੇ ਇੱਕ ਵਾਅਦਾ ਕੀਤਾ ਸੀ ਕੁਝ ਸਿੱਖ ਲੀਡਰਾਂ ਨਾਲ ਕਿ ਜਿਹੜੀ ਕਾਲੀ ਸੂਚੀ ਆ ਉਹ ਖਤਮ ਕਰ ਦਿੱਤੀ ਜਾਵੇਗੀ, ਅਤੇ ਭਾਰਤ ਦੇ ਗ੍ਰਹਿ ਮੰਤਰਾਲੇ ਨੇ 3 ਦਿਨ ਪਹਿਲਾਂ ਇਹ ਕਾਲੀ ਸੂਚੀ ਜਿਹੜੀ ਆ ਖਤਮ ਕੀਤੀ। ਉਹਨਾਂ ਦਾ ਆਖਣਾ ਹੈ ਕਿ ਭਾਰਤੀ ਮੂਲ ਦੇ ਜਿਹੜੇ ਵੀ ਲੋਕ ਹੈ ਵਿਦੇਸ਼ਾਂ ਵਿੱਚ ਰਹਿੰਦੇ ਨੇ, ਜਿਨ੍ਹਾਂ ਦਾ ਨਾਮ ਇਸ ਸੂਚੀ ਵਿੱਚ ਪਿਆ ਹੋਇਆ ਹੈਗਾ, ਉਹ ਬਿਲਕੁਲ ਸਾਰੀ ਜਿਹੜੀ ਆ ਉਸਦੇ ਉੱਤੇ ਲਕੀਰ ਫੇਰ ਦਿੱਤੀ ਗਈ ਆ। ਅੱਜ ਤੋਂ ਬਾਅਦ ਉਹਨਾਂ ਨੇ ਆਖਿਆ ਵੀ ਕੋਈ ਵੀ ਜਿਹੜਾ ਭਾਰਤੀ ਮੂਲ ਦਾ ਬਾਹਰ ਰਹਿ ਰਿਹਾ ਉਸ ਨੂੰ ਭਾਰਤ ਆਉਣ ਦੇ ਵਿੱਚ ਕੋਈ ਵੀ ਜਿਹੜੀ ਆ ਪਾਉਂਦੀ ਨਹੀਂ। ਇਸ ਦੇ ਵਿੱਚ ਖਾਸ ਕਰ ਜ਼ਿਆਦਾ ਨਾਮ ਜਿਹੜੇ 1984 ਵੇਲੇ ਬਹੁਤ ਸਾਰੇ ਸਿੱਖ ਨੌਜਵਾਨ ਇਹਨਾਂ ਦੇਸ਼ਾਂ 'ਚ ਆਏ ਸਨ, ਉਹਨਾਂ ਦੇ ਕਾਫੀ ਨਾਮ ਸਨ, ਕੁਛ ਇੱਥੇ ਦੇ ਨੇਤਾਵਾਂ ਦੇ ਵੀ ਸਨ। ਹੁਣ ਇੱਥੇ ਦੇ ਨੇਤਾਵਾਂ ਨੂੰ ਵੀ ਇਹ ਬਿਲਕੁਲ ਆਪਾਂ ਕਹਿ ਲਈਏ ਨਹੀਂ ਐਕਸਕਿਊਜ਼ ਮਿਲੇਗਾ ਕਿ ਸਾਡਾ ਜੀ ਨਾਂ ਲਿਸਟ ਵਿੱਚ, ਅਸੀਂ ਹੁਣ ਆਪਣੇ ਵਤਨ ਨਹੀਂ ਜਾ ਸਕਦੇ, ਸਰਕਾਰ ਨਹੀਂ ਆਉਣ ਦੇਵੇਗੀ, ਕਿਉਂਕਿ ਉਹਨਾਂ ਨੇ ਕਿਹਾ ਕਿ ਬਿਲਕੁਲ ਸਭ ਲਈ ਜਿਹੜੇ ਆ ਰਾਹ ਖੋਲ੍ਹ ਦਿੱਤੇ ਗਏ ਹੈਗੇ ਨੇ। 7 ਗੇੜਾਂ 'ਚੋਂ 5 ਗੇੜ ਜਿਹੜੇ ਹੋਏ ਨੇ, 6ਵੇਂ ਗੇੜ ਦੇ ਵਿੱਚ ਇਹ ਜਿਹੜੀ ਸੂਚੀ ਆ, ਇਹ ਜਿਹੜੇ ਮੁੱਦੇ ਹੁਣ ਮੋਦੀ ਆ ਉਠਾਉਣ ਲੱਗਾ, ਖਾਸ ਕਰ ਹਰਿਆਣੇ ਦੇ ਵਿੱਚ। ਹਰਿਆਣੇ ਦੇ ਵਿੱਚ ਸਿਰਸੇ ਦੇ ਵਿੱਚ ਵੱਡੀ ਰੈਲੀ ਕੀਤੀ ਹੈ, ਕਿਉਂਕਿ ਉੱਥੇ ਸਿੱਖ ਵੋਟ ਕਾਫੀ ਹੈ ਹਰਿਆਣੇ ਦੇ ਵਿੱਚ। ਉਸ ਦੇ ਵਿੱਚ ਉਸਨੇ 1984 ਦੀ ਗੱਲ ਕੀਤੀ ਹੈ ਕਿ ਕਿਵੇਂ ਕਾਂਗਰਸ ਪਾਰਟੀ ਨੇ ਸਿੱਖਾਂ ਨੂੰ 1984 ਦੇ ਵਿੱਚ ਦਿੱਲੀ ਵਿੱਚ ਹੀ ਨਹੀਂ ਬਲਕਿ ਹੋਰਨਾਂ ਹਿੱਸਿਆਂ ਦੇ ਵਿੱਚ ਸਿੱਖਾਂ ਦਾ ਕਤਲਾਮ ਕੀਤਾ ਹੈ। ਉਸਨੇ ਇਹ ਵੀ ਕਿਹਾ ਹੈ ਕਿ ਜੋ ਦੋਸ਼ੀ ਸਨ 1984 ਤੋਂ ਲੈ ਕੇ ਪਿਛਲੇ 5 ਸਾਲ ਤੋਂ ਪਹਿਲਾਂ ਤੱਕ ਸਭ ਉੱਥੇ ਬਾਹਰ ਘੁੰਮ ਰਹੇ ਸਨ ਆਜ਼ਾਦ, ਪਰ ਜਦੋਂ ਮੋਦੀ ਦੀ ਸਰਕਾਰ ਆਈ ਹੈ ਉਹ ਇੱਕ ਸੈੱਟ ਕਮੇਟੀ ਬਣਾਈ ਗਈ, ਕੇਸ ਦੁਬਾਰਾ ਖੋਲ੍ਹੇ ਗਏ, ਇਸੇ ਕਰਕੇ ਹੀ ਕਿ ਉਹ ਜਿਹੜੇ ਦੋਸ਼ੀ ਆ ਉਹਨਾਂ 'ਚੋਂ ਸੱਜਣ ਕੁਮਾਰ ਵਾਲੇ ਜਿਹੜੇ ਆ ਉਹ ਇਸ ਵੇਲੇ ਜੇਲ੍ਹਾਂ ਦੇ ਵਿੱਚ ਬੰਦ ਬੈਠੇ ਨੇ। ਜਿਹੜੀ ਸਭ ਤੋਂ ਵੱਡੀ ਗੱਲ ਉਸਨੇ ਆਖੀ ਹੈ ਕਿ ਕਰਤਾਰਪੁਰ ਲਾਂਘੇ ਦੀ, ਉਸਨੇ ਆਖਿਆ ਕਿ ਕਾਂਗਰਸ ਦੇ ਜਵਾਹਰ ਲਾਲ ਨਹਿਰੂ ਨੇ ਆਪਣੇ ਪ੍ਰਧਾਨ ਮੰਤਰੀ ਬਣਨ ਦੀ ਖਾਤਰ ਇਹ ਨਹੀਂ ਦੇਖਿਆ ਕਿ ਬਾਰਡਰ ਦੇ ਵਿੱਚ ਬਾਰਡਰ ਕਿੱਥੇ ਤੱਕ ਹੋਣਾ ਚਾਹੀਦਾ। ਉਸਨੇ ਆਖਿਆ ਕਿ ਸਿੱਖਾਂ ਦਾ ਜਿਹੜਾ ਮਹਾਨ ਸਥਾਨ ਕਰਤਾਰਪੁਰ ਉਹ ਵੀ ਪਾਕਿਸਤਾਨ ਨੂੰ ਦੇ ਦਿੱਤਾ ਗਿਆ, ਇਹ ਨਹੀਂ ਹੋਣਾ ਚਾਹੀਦਾ ਸੀ। ਅਗਰ ਬੈਠ ਕੇ ਸਾਰੇ ਸਲਾਹ ਮਸ਼ਵਰੇ ਨਾਲ ਉਸ ਵੇਲੇ ਵੰਡ ਵਡਾਈਆਂ ਹੁੰਦਾ ਤਾਂ ਕਰਤਾਰਪੁਰ ਜਿਹੜਾ ਆ ਇਹ ਭਾਰਤ ਵੱਲ ਪੰਜਾਬ ਵਿੱਚ ਹੋਣਾ ਸੀ। ਅੱਜ ਸਾਨੂੰ ਇਹ ਯਤਨ ਨਾ ਕਰਨੇ ਪੈਂਦੇ ਕਿ ਕਰਤਾਰਪੁਰ ਲਾਂਘਾ ਬਣਾਈਏ ਅਤੇ ਜਿਹੜੇ ਸਿੱਖ ਆ ਉੱਥੇ ਦਰਸ਼ਨ ਕਰਨ ਵਾਸਤੇ ਜਾਣ। ਸੋ ਇਹ ਮੁੱਦੇ ਜਿਹੜੇ ਕਾਫੀ ਮੋਦੀ ਨੇ ਉਠਾਏ ਆ, ਕਿਉਂਕਿ ਸਿੱਖ ਵੋਟ ਪੰਜਾਬ ਦੇ ਵਿੱਚ ਵੀ ਹੈ, ਹਰਿਆਣੇ ਵਿੱਚ ਵੀ ਹੈ, ਕੁਛ ਯੂਪੀ ਦੀਆਂ ਸੀਟਾਂ ਰਹਿੰਦੀਆਂ ਨੇ, ਇਹਨਾਂ ਮੁੱਦਿਆਂ ਨੂੰ ਉਸਨੇ ਉਭਾਰਿਆ ਹੈ। ਜਿੱਥੇ ਆਪਾਂ ਦੇਖੀਏ ਉੱਥੇ ਕੇਂਦਰ ਦੀ ਰਾਜਨੀਤੀ ਦੇ ਵਿੱਚ ਜੋ ਸਰਵੇ ਵੀ ਆ ਰਹੇ ਨੇ, ਕਿਉਂਕਿ ਬੀਜੇਪੀ ਆਪਣਾ ਬਹੁਮਤ ਜੋ ਆ 272 ਸੀਟਾਂ ਦੇ ਲਾਗੇ ਛਾਗੇ
ਖਿੱਚ ਧੂ ਕੇ ਪਹੁੰਚ ਸਕਦੀ ਆ। ਇਹ ਸਰਵੇ ਆ। ਹੁਣ ਇਸ ਵੇਲੇ ਜ਼ੋਰ ਲਾਇਆ ਹੈ ਮੋਦੀ ਅਤੇ ਉਹਦੀ ਟੀਮ ਨੇ, ਇੱਕ ਇੱਕ ਸੀਟ ਦੇ ਉੱਪਰ ਜ਼ੋਰ ਲਾਇਆ ਜਾਵੇ, ਹਰਿਆਣੇ ਵਿੱਚ ਵੀ ਅਤੇ ਪੰਜਾਬ ਵਿੱਚ ਵੀ। ਪਹਿਲਾਂ ਪੰਜਾਬ ਵਿੱਚ ਇਹ ਗੱਲ ਨਹੀਂ ਦੇਖੀ ਜਾਂਦੀ ਸੀ ਕਿ ਸੈਂਟਰ ਦੀ ਲੀਡਰਸ਼ਿਪ ਇੰਨਾ ਜ਼ੋਰ ਲਾਵੇ, ਅਤੇ ਹੁਣ ਜੋ ਮੋਦੀ ਵੀ ਆ ਰਿਹਾ ਪੰਜਾਬ ਦੇ ਵਿੱਚ, ਅਮਿਤ ਸ਼ਾਹ ਵੀ ਹੋ ਕੇ ਗਿਆ ਹੈਗਾ, ਸਾਰੀ ਲੀਡਰਸ਼ਿਪ, ਗਡਕਰੀ ਵੀ ਜਿਹੜਾ ਆ ਮੋਹਾਲੀ ਦੇ ਵਿੱਚ ਇਹ ਪ੍ਰਚਾਰ ਆਪਣਾ ਕਰਕੇ ਗਿਆ ਹੈਗਾ ਚੋਣਾਂ ਦੇ ਵਿੱਚ। ਦਿੱਲੀ ਦੇ ਵਿੱਚ ਬੜੀ ਕੜਕ ਸਮਾਨ ਫਸਿਆ ਹੋਇਆ ਕਾਂਗਰਸ, ਕੇਜਰੀਵਾਲ ਅਤੇ ਬੀਜੇਪੀ ਦਾ। ਸਾਰੇ ਪ੍ਰਿਯੰਕਾ ਗਾਂਧੀ ਨੇ ਵੀ ਰੋਡ ਸ਼ੋਅ ਕੱਢਿਆ ਹੈ, ਬੀਜੇਪੀ ਵੀ ਰੋਡ ਸ਼ੋਅ ਕੱਢ ਰਹੀ ਹੈ, ਔਰ ਆਮ ਆਦਮੀ ਪਾਰਟੀ ਵੀ ਰੋਡ ਸ਼ੋਅ ਕੱਢ ਰਹੀ ਹੈ। ਮੁਕਾਬਲਾ ਬੜਾ ਉੱਥੇ ਸਖਤ ਹੈ ਤਿੰਨਾਂ ਦੇ ਵਿੱਚ। ਕੇਜਰੀਵਾਲ ਦੇ ਜੋ ਰੋਡ ਸ਼ੋਅ ਆ ਉਸਦੇ ਵਿੱਚ ਇੱਕ ਉਸਦੀ ਪਾਰਟੀ ਦੇ ਜੋ ਵਰਕਰ ਹੈ ਉਸਨੇ ਤਮਾਚਾ ਵੀ ਮਾਰਿਆ, ਹਿੰਦੀ 'ਚ ਕਹਿੰਦੇ ਆ, ਚਪੇੜ ਪੰਜਾਬੀ 'ਚ ਕਹਿੰਦੇ ਨੇ, ਉਹ ਵੀ ਉਹਦੇ ਜੜੀ ਹੈਗੀ ਆ। ਪਰ ਸਿਆਸਤ ਦੇ ਵਿੱਚ ਇਹੋ ਜਿਹੀਆਂ ਕਾਰਵਾਈਆਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ, ਕਿਉਂਕਿ ਨਵਜੋਤ ਸਿੰਘ ਸਿੱਧੂ 'ਤੇ ਵੀ ਹਰਿਆਣੇ ਦੇ ਵਿੱਚ ਕੱਲ੍ਹ ਰੋਹਤਕ ਦੇ ਵਿੱਚ ਉਸਦੇ ਖਿਲਾਫ਼ ਨਾਅਰੇ ਵੀ ਲੱਗੇ ਨੇ, ਅਤੇ ਉਸਦੇ ਵੱਲ ਜੁੱਤੀ ਵੀ ਨਵਜੋਤ ਸਿੰਘ ਸਿੱਧੂ ਵੱਲ ਸਿੱਟੀ ਹੈ, ਅਤੇ ਉਸ ਦੇ ਰੈਲੀ ਦੇ ਵਿੱਚ ਜਿਹੜੀ ਆ ਕਾਫ਼ੀ ਗੜਬੜ ਹੋਈ ਹੈਗੀ ਆ, ਮੋਦੀ ਮੋਦੀ ਦੇ ਨਾਅਰੇ ਜਿਹੜੇ ਲੱਗੇ ਹੈ। ਸਿਆਸਤ ਦੇ ਵਿੱਚ ਸਭ ਲੀਡਰਾਂ ਦੇ ਜਿਹੜੇ ਬਿਆਨ ਆ ਲੋਕਾਂ ਨੂੰ ਆਰਾਮ ਦੇ ਨਾਲ ਸੁਣਨੇ ਚਾਹੀਦੇ ਆ, ਬੇਸ਼ੱਕ ਚੰਗੇ ਹੋਣ ਜਾਂ ਮਾੜੇ ਹੋਣ, ਜਾਂ ਵਿਰੋਧ ਵਿੱਚ ਹੋਣ ਜਾਂ ਹੱਕ ਦੇ ਵਿੱਚ ਹੋਣ। ਪੰਜਾਬ ਦੇ ਵਿੱਚ ਇਸ ਵੇਲੇ ਜਿਹੜਾ ਚੋਣ ਅਖਾੜਾ ਕੁਛ ਦਿਨਾਂ ਤੋਂ ਭਖਿਆ ਹੈ, ਕਿਉਂਕਿ ਮੈਂ ਉੱਥੇ ਰਿਹਾ 2 ਹਫ਼ਤੇ, ਮੀਂਹ ਨੇ ਕਿਸਾਨਾਂ ਦੀ ਮੱਤ ਮਾਰੀ ਰੱਖੀ ਹੈ, ਕਿਉਂਕਿ ਮੀਂਹ ਜਿਹੜੇ ਹਨੇਰੀਆਂ ਉੱਥੇ ਬਿਲਕੁਲ ਨਹੀਂ ਹਟੇ। ਇਸ ਦੇ ਨਾਲ ਜਿਹੜੇ ਕਿਸਾਨ ਸਨ ਉਹ ਬਿਲਕੁਲ ਆਪਣੀਆਂ ਫਸਲਾਂ ਵੱਲ ਖਿਆਲ ਰੱਖ ਰਹੇ ਸਨ, ਉਹਨਾਂ ਨੂੰ ਰਾਜਨੀਤੀ ਦੇ ਨਾਲ ਕੋਈ ਵੀ ਜਿਹੜਾ ਆ ਰੁਚੀ ਨਹੀਂ ਸੀ। ਔਰ ਉਸ ਤੋਂ ਬਾਅਦ ਜੋ ਪੰਜਾਬ ਵਿੱਚ ਕਣਕਾਂ ਨੇ ਬਣਾਈਆਂ, ਆਪਾਂ ਇੱਥੋਂ ਜਾਂਦੇ ਹਾਂ ਆਮ ਸਿਆਲਾਂ ਦੀਆਂ ਛੁੱਟੀਆਂ ਜਾਂ ਫਰਵਰੀ, ਬੜਾ ਮਾਹੌਲ ਬਦਲ ਗਿਆ ਹੈ। ਅੱਜ ਕੱਲ੍ਹ ਉੱਥੇ ਕਣਕਾਂ ਦੀਆਂ ਮਸ਼ੀਨਾਂ ਦਾ ਘੱਟਾ ਨਹੀਂ ਦਿਸਦਾ, ਸਵੇਰ ਨੂੰ ਕਣਕ ਖੜ੍ਹੀ ਹੁੰਦੀ ਹੈ ਔਰ ਦੁਪਹਿਰ ਕੰਬਾਈਨਾਂ ਆ ਕੇ ਵੱਢ ਜਾਂਦੀਆਂ ਨੇ, ਸਿਰਫ ਪਰਾਲੀ ਤੂੜੀ ਵਾਲੀ ਦਿਸਦੀ ਹੈ, ਉਹ ਵੀ ਮਸ਼ੀਨਾਂ ਨਾਲੋਂ ਨਾਲ ਹੀ ਪੰਡਾਂ ਬੰਨ੍ਹ ਕੇ ਖੇਤਾਂ ਦੇ ਵਿੱਚ ਸੱਟ ਜਾਂਦੀਆਂ ਨੇ। ਸੋ ਜਿਹੜਾ ਮਾਹੌਲ ਹੁੰਦਾ ਸੀ ਕਣਕਾਂ ਦਾ, ਵੀ ਮਸ਼ੀਨਾਂ ਚੱਲਦੀਆਂ, ਆਵਾਜ਼ਾਂ ਆਉਂਦੀਆਂ, ਘੱਟਾ ਉੜਦਾ, ਉਹ ਅੱਜ ਕੱਲ੍ਹ ਉੱਥੇ ਨਹੀਂ ਦਿਸ ਰਿਹਾ। ਹੁਣ ਪੰਜਾਬ ਦੇ ਲੋਕ ਸਿਆਸਤ ਦੇ ਵਿੱਚ ਜਿਹੜੇ ਆ ਸਰਗਰਮ ਹੋ ਗਏ, ਮਾਲਵੇ ਵਿੱਚ ਖਾਸ ਕਰ ਜਿਹੜੀ ਸਿਆਸਤ ਮਗੀ ਹੋਈ ਹੈਗੀ ਆ। ਕੈਪਟਨ ਅਮਰਿੰਦਰ ਸਿੰਘ ਨੇ ਇਹ ਬਿਆਨ ਦਿੱਤਾ ਸੀ ਕਿ ਜਿਹੜਾ MLA ਜਾਂ ਮਿਨਿਸਟਰ ਦੇ ਇਹ ਖੇਤਰ ਦੇ ਵਿੱਚ ਕਾਂਗਰਸ ਹਾਰੇਗੀ, ਉਸਨੂੰ ਇਸਦਾ ਜੁਰਮਾਨਾ ਭੁਗਤਣਾ ਪਵੇਗਾ, ਕੁਰਸੀ ਉਸਦੀ ਖੁੱਸੇਗੀ। ਇਸ ਦੇ ਉੱਪਰ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਵੀ ਕੈਪਟਨ ਸਾਹਿਬ ਤੁਸੀਂ ਕਪਤਾਨ ਹੋ, ਅਗਰ ਸਾਡੀ ਕੁਰਸੀ ਖੁੱਸੀ ਤਾਂ ਜ਼ਿੰਮੇਵਾਰੀ ਤੁਹਾਡੀ ਵੀ ਹੈ। ਇਸ 'ਤੇ ਵੀ ਸਿਆਸਤ ਮੰਗੀ ਸੀ। ਕੈਪਟਨ ਨੇ ਅਮਰਿੰਦਰ ਸਿੰਘ ਨੇ ਮਾਲਵੇ ਵਿੱਚ ਆਪਣਾ ਪ੍ਰਚਾਰ ਸ਼ੁਰੂ ਪਹਿਲਾਂ ਕੀਤਾ ਸੀ, ਪਰ ਮਾਲਵੇ 'ਚ ਉਸਨੂੰ ਕਾਫ਼ੀ ਵਿਰੋਧ ਦਾ ਸਾਹਮਣਾ ਕਰਨਾ ਪਿਆ, ਖਾਸ ਕਰ ਗੁਟਕਾ ਸਾਹਿਬ 'ਤੇ ਜਿਹੜੀ ਸਹੁੰ ਖਾਧੀ ਸੀ ਉਸ ਬਾਰੇ ਲੋਕ ਉਸਨੂੰ ਪੁੱਛ ਰਹੇ ਨੇ, ਜਾ ਕੇ ਰੈਲੀਆਂ ਇਸ ਬਾਰੇ ਜਵਾਬ ਦਿੱਤਾ ਜਾਵੇ। ਨਸ਼ਾ ਪੰਜਾਬ ਦੇ ਵਿੱਚ ਮਾਲਵੇ ਦੇ ਵਿੱਚ ਇਸ ਗਲੀ ਗਲੀ ਦੇ ਵਿੱਚ ਇਸ ਵੇਲੇ ਵਿਕ ਰਿਹਾ ਹੈ, ਔਰ ਵਿਕਾ ਵੀ ਕਾਂਗਰਸੀ ਸਥਾਨਕ ਨੇਤਾ ਪੁਲਿਸ ਦੇ ਨਾਲ ਮਿਲ ਕੇ ਵਿਕਾ ਰਹੇ ਨੇ। ਇਹ ਸੋਸ਼ਲ ਮੀਡੀਆ 'ਤੇ ਅਖਬਾਰਾਂ ਦੇ ਵਿੱਚ ਉੱਥੇ ਖਬਰਾਂ ਛਪਦੀਆਂ, ਦੋ ਦੋ ਚਾਰ ਚਾਰ ਲੜਕੇ ਹਰ ਰੋਜ਼ ਜਿਹੜੇ ਆ ਖੁਦਕੁਸ਼ੀਆਂ ਕਰ ਰਹੇ ਨੇ। ਕਿਸਾਨਾਂ ਦਾ ਜਿਹੜਾ ਕਰਜ਼ਾ ਉੱਥੇ ਮਾਫ਼ ਨਹੀਂ ਹੋਇਆ, ਉਸ ਸੰਬੰਧੀ ਵੀ ਜਿਹੜਾ ਲੋਕ ਕੈਪਟਨ ਨੂੰ ਸਵਾਲ ਪੁੱਛ ਰਹੇ ਨੇ। ਹੁਣ ਆਪਾਂ ਲੈ ਲਈਏ ਬ੍ਰੇਕ, ਬ੍ਰੇਕ ਤੋਂ ਬਾਅਦ ਆਪ ਜੀ ਨੂੰ ਫਿਰ ਮਿਲਦੇ ਹਾਂ। ਹੁਣ ਤੁਸੀਂ ਅਕਾਲ ਚੈਨਲ ਨੂੰ ਕਿਸੇ ਵੀ ਸਮੇਂ ਕਿਸੇ ਵੀ ਥਾਂ ਤੇ ਦੇਖ ਸਕਦੇ ਹੋ, ਉਹ ਵੀ ਅਕਾਲ ਚੈਨਲ ਦੀ ਐਪ ਦੇ ਜ਼ਰੀਏ, ਜਿਸ ਦੇ ਵਿੱਚ ਲਾਈਵ ਟੀਵੀ ਪ੍ਰੋਗਰਾਮ, ਵੀਡੀਓਜ਼, ਕੈਚ ਅਪ ਟੀਵੀ, ਅਕਾਲ ਰੇਡੀਓ ਅਤੇ ਨੋਟਿਸ ਦੇ ਵਿੱਚ ਸਾਰੇ ਪ੍ਰੋਗਰਾਮਾਂ ਦਾ ਵੇਰਵਾ ਮੌਜੂਦ ਹੈ। ਤੁਸੀਂ ਇਸ ਐਪ ਦੇ ਜ਼ਰੀਏ ਗੁਰਬਾਣੀ ਸੰਥਿਆ ਦਾ ਵੀ ਆਨੰਦ ਮਾਣ ਸਕਦੇ ਹੋ। ਅਕਾਲ ਚੈਨਲ ਦੀ ਐਪ ਨੂੰ ਹੁਣੇ ਡਾਊਨਲੋਡ ਕਰੋ ਗੂਗਲ ਪਲੇ ਸਟੋਰ ਅਤੇ ਐਪ ਸਟੋਰ ਦੇ ਵਿੱਚੋਂ। ਵਰਲਡ ਨੰਬਰ 1 ਸਿੱਖ ਮੀਡੀਆ ਚੈਨਲ ਅਕਾਲ ਚੈਨਲ। ਪੰਜਾਬ ਦੀਆਂ 13 ਜਿਹੜੀਆਂ ਲੋਕ ਸਭਾਵਾਂ ਸੀਟਾਂ ਨੇ ਉਹਨਾਂ ਦੇ ਉੱਪਰ ਚੋਣਾਂ ਹੋਣੀਆਂ ਨੇ। 369 ਜਿਹੜੇ ਉਮੀਦਵਾਰ ਉਹਨੀ ਕਾਗਜ਼ ਭਰੇ ਸੀ, 71 ਨਾਮਜ਼ਦਗੀਆਂ ਰੱਦ ਹੋਈਆਂ, 20 ਨੇ ਵਾਪਸ ਲਏ, ਤਾਂ ਇਸ ਵੇਲੇ 278 ਜਿਹੜੇ ਆ ਉਮੀਦਵਾਰ ਪੰਜਾਬ ਦੇ ਵਿੱਚ ਹਨ 13 ਹਲਕਿਆਂ ਦੇ ਵਿੱਚ। ਇਹਨਾਂ ਦੇ ਵਿੱਚ ਬਾਬਾ ਬਰਗਰਾਂ ਵਾਲੇ ਤੋਂ ਲੈ ਕੇ ਚਾਚਾ ਨੂਡਲਾਂ ਵਾਲੇ ਤੋਂ ਤੱਕ, ਔਰ 5 ਪਾਰਟੀਆਂ ਦੇ ਮੁਖੀ, ਜਿਸ ਦੇ ਵਿੱਚ ਸੁਖਬੀਰ ਸਿੰਘ ਬਾਦਲ, ਖਹਿਰਾ, ਭਗਵੰਤ ਮਾਨ, ਬੈਂਸ, ਸਿਮਰਜੀਤ ਸਿੰਘ ਮਾਨ, ਇਹ 5 ਪਾਰਟੀਆਂ ਦੇ ਪ੍ਰਧਾਨਾਂ ਤੱਕ ਆਪਣੀ ਜਿਹੜੀ ਆ ਜ਼ੋਰ ਅਜਮਾਈ ਕਰ ਰਿਹਾ। ਇਹਨਾਂ ਦਾ ਭਵਿੱਖ ਜਿਹੜਾ ਇਹਨਾਂ ਚੋਣਾਂ ਦੇ ਉੱਪਰ ਨਿਰਭਰ ਕਰਦਾ ਹੈ। ਪੰਜਾਬ ਦੇ ਵਿੱਚ ਟੋਟਲ ਜਿਹੜੇ ਵੋਟਰ ਨੇ 2,99,2,674 ਵੋਟਾਂ ਪੰਜਾਬ ਦੀਆਂ ਨੇ। ਜੇ ਇਸ ਤਰ੍ਹਾਂ ਕਹਿ ਲਏ ਕਿ ਹਰ ਹਲਕੇ ਦੇ ਵਿੱਚ 22 ਲੱਖ ਦੇ ਕਰੀਬ ਜਿਹੜੀ ਵੋਟ ਔਸਤਨ ਆਉਂਦੀ ਹੈ, ਔਰ ਇਸਦਾ 60-65% ਵੋਟਾਂ ਪੈਂਦੀਆਂ ਨੇ, ਅਤੇ ਇਹਨਾਂ ਦੇ ਵਿੱਚੋਂ
15 ਤੋਂ 16 ਲੱਖ ਤੱਕ ਜਿਹੜੀਆਂ ਵੋਟਾਂ ਪੋਲ ਹੁੰਦੀਆਂ ਨੇ, ਜਿਹੜੇ ਉਮੀਦਵਾਰ ਨੂੰ 7 ਕੁ ਲੱਖ ਦੇ ਕਰੀਬ 7.5 ਦੇ ਵੋਟ ਮਿਲਦੀ ਹੈ, ਉਹ ਉਮੀਦਵਾਰ ਉੱਥੇ ਜਿਹੜਾ ਜਿੱਤ ਜਾਂਦਾ ਹੈ। ਮੁਕਾਬਲੇ ਕਾਫੀ ਜਿਹੜੇ ਸਖਤ ਹੋ ਰਹੇ ਨੇ ਪੰਜਾਬ ਦੇ ਵਿੱਚ। 2 ਮਹੀਨੇ ਪਹਿਲਾਂ ਜਿਹੜਾ ਕੈਪਟਨ ਕਹਿ ਰਿਹਾ ਸੀ ਵੀ 13 ਦੀਆਂ 13 ਸੀਟਾਂ, ਫਿਰ 11 ਸੀਟਾਂ, ਫਿਰ 9 ਸੀਟਾਂ, ਹੁਣ ਇਸ ਵੇਲੇ ਜੋ ਪਰਸੋਂ ਦੀ ਹਵਾ ਹੈ ਪੰਜਾਬ ਦੀ, ਉੱਥੇ ਜੋ ਖਾਸ ਸੂਤਰ ਨੇ ਦੋਹਾਂ ਪਾਰਟੀਆਂ ਦੇ ਜੋ ਉੱਥੋਂ ਮਿਲਿਆ, ਉਸ ਦੇ ਮੁਤਾਬਕ ਕਾਂਗਰਸ ਇਸ ਵੇਲੇ ਆਪਣੀਆਂ 4 ਸੀਟਾਂ ਜਿਹੜੀਆਂ ਪੱਕੀਆਂ ਪੰਜਾਬ ਦੇ ਵਿੱਚ ਮੰਨ ਰਹੀ ਹੈ, 4 ਸੀਟਾਂ, ਜਿਸ ਦੇ ਵਿੱਚ ਲੁਧਿਆਣਾ ਹੈ, ਪਟਿਆਲਾ ਹੈ, ਜਲੰਧਰ ਹੈ ਅਤੇ ਅੰਮ੍ਰਿਤਸਰ, 4 ਸੀਟਾਂ ਮੰਨ ਰਹੀਆਂ। NDA ਨੂੰ ਇਸ ਵੇਲੇ 5 ਸੀਟਾਂ ਦੇ ਰਹੇ ਨੇ, ਜਿਸ ਦੇ ਵਿੱਚ ਫਿਰੋਜ਼ਪੁਰ ਹੈ, ਬਠਿੰਡਾ ਹੈ, ਅਨੰਦਪੁਰ ਹੈ, ਗੁਰਦਾਸਪੁਰ ਹੈ ਔਰ ਹੁਸ਼ਿਆਰਪੁਰ ਹੈ। ਬਾਕੀ ਸੀਟਾਂ ਖਡੂਰ ਸਾਹਿਬ ਹੈ, ਫਿਰੋਜ਼ਪੁਰ, ਫਰੀਦਕੋਟ ਹੈ, ਫਤਿਹਗੜ੍ਹ ਸਾਹਿਬ ਹੈ, ਸੰਗਰੂਰ ਹੈ, ਇੱਥੇ ਜਿਹੜਾ ਮੁਕਾਬਲਾ ਅੜਿਆ ਹੋਇਆ ਹੈਗਾ। ਅਤੇ ਇਸ ਦੇ ਵਿੱਚ 2 ਸੀਟਾਂ ਜਿਹੜੀਆਂ ਅਨੰਦਪੁਰ ਅਤੇ ਖਡੂਰ ਸਾਹਿਬ ਦੇ, ਉੱਥੇ ਤਿਕੋਣਾ ਮੁਕਾਬਲਾ ਚੱਲ ਰਿਹਾ, ਕਿਉਂਕਿ ਬੀਬੀ ਪਰਮਜੀਤ ਕੌਰ ਖਾਲੜਾ ਖਡੂਰ ਸਾਹਿਬ ਦੇ ਵਿੱਚ ਹੈ ਅਤੇ ਉੱਧਰੋਂ ਬੀਰ ਦਵਿੰਦਰ ਸਿੰਘ ਜੋ ਟਕਸਾਲੀਆਂ ਵੱਲੋਂ ਅਨੰਦਪੁਰ ਸਾਹਿਬ ਦੇ ਵਿੱਚ ਹੈ। ਸਭ ਤੋਂ ਵੱਡਾ ਉੱਥੇ ਰੋਸ ਇਹ ਵੀ ਹੈ ਲੋਕਾਂ ਦੇ ਵਿੱਚ, ਖਾਸ ਕਰ ਖਡੂਰ ਸਾਹਿਬ ਦੇ ਕੁਛ ਲੋਕਾਂ ਨਾਲ ਗੱਲ ਹੋਈ, ਉਹਨਾਂ ਨੇ ਆਖਿਆ ਕਿ ਇਹ ਪੰਥਕ ਹਲਕਾ ਹੈ, ਠੀਕ ਹੈ ਅਸੀਂ ਬੀਬੀ ਖੜ੍ਹੀ ਹੈ, ਪਰ ਬਾਹਰਲੇ ਲੋਕਾਂ ਨੇ ਜੋ ਬੀਬੀ ਜੀ ਨੂੰ ਇੰਨਾ ਸਾਥ ਨਹੀਂ ਦਿੱਤਾ, ਜੋ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਬਾਹਰਲੇ ਲੋਕਾਂ ਨੇ ਫੰਡਸ ਵੀ ਭੇਜੇ ਔਰ ਜਹਾਜ਼ ਭਰ ਕੇ ਵੀ ਗਏ ਸਨ, ਪਰ ਬੀਬੀ ਜੀ ਨੂੰ ਬਾਹਰਲੇ ਜੋ ਵਿਦੇਸ਼ੀ ਆ ਉਹਨਾਂ ਤੋਂ ਮੌਜੂਦ ਸਨ ਕਿ ਇਹਨਾਂ ਚੋਣਾਂ ਦੇ ਵਿੱਚ ਉਹਨਾਂ ਨੂੰ ਇੰਨਾ ਸਹਾਇਤਾ ਨਹੀਂ ਮਿਲੀ। ਜੇਕਰ ਇਹ ਪੂਰਾ ਜ਼ੋਰ ਲਗਾ ਦਿੰਦੇ ਤਾਂ ਉਮੀਦ ਸੀ ਕਿ ਬੀਬੀ ਖਾਲੜਾ ਪੂਰੇ ਤਰ੍ਹਾਂ ਜਿੱਤ ਵੀ ਸਕਦੀ ਸੀ, ਕਿਉਂਕਿ ਹਾਲੇ ਟਾਈਮ ਬਹੁਤ ਹੈਗਾ, ਹਾਲੇ 10 ਦਿਨ ਬਾਕੀ ਪਏ ਨੇ ਚੋਣਾਂ ਦੇ ਵਿੱਚ। ਅਤੇ ਉੱਥੇ ਬੀਬੀ ਜਗੀਰ ਕੌਰ ਮੁਕਾਬਲੇ ਅਤੇ ਨਾਲ ਉੱਥੇ ਡਿੰਪਾ ਖੜ੍ਹਾ ਹੈਗਾ, ਔਰ ਜੋ ਉੱਥੇ ਦਾ ਕਾਂਗਰਸੀ MLA ਨੇ ਰਮਨਦੀਪ ਸਿੰਘ ਪਿੰਕੀ ਜਿਸ ਨੂੰ ਆਖਦੇ, ਉਹ ਇੱਕ ਵਾਰੀ ਭਲਵਾਨੀ ਗੇੜੀ ਮਾਨ ਤੋਂ ਬਾਅਦ ਖਡੂਰ ਸਾਹਿਬ ਨਹੀਂ ਬੜਿਆ, ਅਤੇ ਕਾਫੀ ਜਿਹੜੀ ਕਾਂਗਰਸ ਦੇ ਵਿੱਚ ਆਪਸ ਦੇ ਵਿੱਚ ਲੱਤਾਂ ਜਿਹੜੀਆਂ ਉੱਥੇ ਖਿਚੜੇ ਹੋ ਰਹੀਆਂ ਨੇ। ਅਤੇ ਇਸ ਤੋਂ ਅੱਗੇ ਆਪਾਂ ਗੱਲ ਕਰਦੇ ਹੈਗੇ ਹਾਂ ਫਿਰੋਜ਼ਪੁਰ ਸੀਟ ਦੀ। ਫਿਰੋਜ਼ਪੁਰ ਸੀਟ 'ਤੇ ਸੁਖਬੀਰ ਬਾਦਲ ਦੇ ਆਉਣ ਦੇ ਨਾਲ ਬਿਲਕੁਲ ਹਵਾ ਬਦਲ ਗਈ ਸੀ, ਕਿਉਂਕਿ ਸ਼ੇਰ ਸਿੰਘ ਘਵਾਇਆ ਕਾਂਗਰਸ ਦਾ ਉਮੀਦਵਾਰ ਹੈ, ਕੈਪਟਨ ਦੀ ਮਰਜ਼ੀ ਦੇ ਖਿਲਾਫ ਜਿਹੜੀ ਉਹ ਸੀਟ ਦਿੱਤੀ ਸੀ ਰਾਹੁਲ ਗਾਂਧੀ ਨੇ, ਅਤੇ ਉਸਦੇ ਜਿਹੜੇ ਸਥਾਨਕ ਲੀਡਰ ਆ ਉਹ ਵੀ ਉੱਥੋਂ ਉਸ ਨੂੰ ਹਰਾਉਣਾ ਚਾਹੁੰਦੇ ਨੇ ਸ਼ੇਰ ਸਿੰਘ ਘਵਾਇਆ ਨੂੰ। ਆਪਾਂ ਲੈ ਲਈਏ ਟੈਲੀਫੋਨ ਕਾਲ, ਨਰਪਾਲ ਸਿੰਘ ਸ਼ੇਰਗਲ, ਇਹ ਵੀ ਕੱਲ੍ਹ ਇੰਡੀਆ ਤੋਂ ਆਏ ਨੇ, ਇਹ ਇਹਨਾਂ ਦਾ ਕੀ ਸੋਚ ਹੈ ਪੰਜਾਬ ਦੀਆਂ ਚੋਣਾਂ? ਹੈਲੋ, ਹਾਂਜੀ ਹਾਂਜੀ ਸ਼ੇਰਗਲ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਅਕਾਲ ਚੈਨਲ 'ਤੇ ਗਰਮ ਗਰਮ ਤੱਤੇ ਤੱਤੇ ਇੰਡੀਆ ਤੋਂ ਆਇਓ। ਕੀ ਪੰਜਾਬ ਦੀਆਂ ਚੋਣਾਂ 13 ਸੀਟਾਂ 'ਤੇ ਚੱਲ ਰਿਹਾ ਇਸ ਵੇਲੇ? ਸਭ ਤੋਂ ਪਹਿਲਾਂ ਤਾਂ ਸਿੰਘਾ ਸਾਹਿਬ ਧੰਨਵਾਦ ਤੁਹਾਡਾ। ਮੈਂ ਇੱਕ ਫਿਕਰਾ ਨਿੱਜੀ ਤੌਰ 'ਤੇ ਵਰਤਣਾ ਕਿ ਤੁਹਾਡੀ ਬਹੁਤ ਬਹੁਤ ਤੁਹਾਨੂੰ ਵਧਾਈਆਂ, ਤੁਹਾਡੇ ਪੁੱਤਰ ਦੀ ਸ਼ਾਦੀ ਹੋਈ ਉੱਥੇ 20 ਤਾਰੀਖ ਨੂੰ, ਅਤੇ ਅਸੀਂ 27 ਤਾਰੀਖ ਨੂੰ ਫਿਰ ਮੈਂ ਤੁਹਾਡੇ ਨਗਰ ਗਿਆ ਅਤੇ ਉੱਥੇ ਤੁਹਾਡੀ ਪੰਚਾਇਤ ਨੇ ਮੇਰਾ ਮਾਣ ਸਨਮਾਨ ਕੀਤਾ, ਉਸ ਲਈ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਜੀ। ਆਇਆਂ ਨੂੰ ਜੀ, ਇੱਥੇ ਹੁਣ ਆਪਾਂ ਅਸਲੀ ਮੁੱਦੇ 'ਤੇ ਆਈਏ ਸਿੰਘਾ ਸਾਹਿਬ। ਗੱਲ ਪੰਜਾਬ ਦੇ ਵਿੱਚ ਇਹ ਹੈ ਕਿ ਐਤਕੀ ਤਾਂ ਜਿਹੜੇ ਆਮ ਕੌਮੀ ਮਸਲਿਆਂ ਦੀ ਕੋਈ ਕਿਸੇ ਕਿਸਮ ਦੀ ਕੋਈ ਗੱਲ ਨਹੀਂ ਕਰ ਰਿਹਾ, ਤੇ ਉੱਥੇ 13 ਦੀਆਂ 13 ਸੀਟਾਂ ਦੇ ਉੱਤੇ ਕਾਂਗਰਸ ਔਰ ਅਕਾਲੀ ਦਲ ਤੇ ਭਾਜਪਾ ਗੁੱਠਬੰਦੀ ਜਿਹੜੀ ਹੈ ਉਹ ਕਹਿੰਦੇ ਨੇ ਕਿ ਸਾਰੀਆਂ ਦੀਆਂ ਸਾਰੀਆਂ ਅਸੀਂ ਜਿੱਤਾਂਗੇ। ਠੀਕ ਹੈ ਜੀ, ਪਰ ਜੇ ਦੋਨਾਂ ਦੇ ਵਿੱਚੋਂ ਕੋਈ ਬੰਦਾ 6 ਜਾਂ 7 ਸੀਟਾਂ ਵੀ ਲੈ ਜਾਵੇ ਤਾਂ ਅਸੀਂ ਸਮਝਾਂਗੇ ਕਿ ਉਹ ਪਾਰਟੀ ਜਿਹੜੀ ਆ ਬਹੁਤ ਮਕਬੂਲੀਅਤ ਰੱਖਦੀ ਹੈ ਪੰਜਾਬ ਦੇ ਵਿੱਚ। ਠੀਕ ਹੈ ਜੀ, ਪੰਜਾਬ ਦੇ ਵਿੱਚ ਸਭ ਤੋਂ ਮਾੜੀ ਗੱਲ ਹੁਣ ਚੋਣਾਂ ਦੌਰਾਨ ਸਿੰਘਾ ਸਾਹਿਬ ਹਿੰਸਕ ਵਾਰਦਾਤਾਂ ਦੀ ਹੈ। ਠੀਕ ਹੈ ਜੀ, ਸਾਨੂੰ ਬਹੁਤ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ 25 ਸਾਲ ਸਾਬਕਾ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੇ ਘਰ ਦੇ ਬਾਹਰ ਸਿੱਖਾਂ ਦਾ ਹੀ ਜਿਹੜੇ ਕਿ ਆਪਣੇ ਆਪ ਨੂੰ ਕੋਈ ਤਕੜੇ ਅਕਾਲੀ ਵੀ ਕਹਿੰਦੇ ਨੇ ਤੇ ਪੰਥਕ ਵੀ ਸਮਝਦੇ ਨੇ, ਉਹਨਾਂ ਨੇ ਨੰਗੀਆਂ ਕਿਰਪਾਨਾਂ ਦੇ ਨਾਲ ਇੱਕ ਦੂਜੇ ਉੱਤੇ ਹਮਲੇ ਕਰਨ ਦੀ ਕੋਸ਼ਿਸ਼ ਕੀਤੀ। ਬਿਲਕੁਲ, ਬੜੀ ਮਾੜੀ ਘਟਨਾ ਹੋਈ, ਬਹੁਤ ਮਾੜੀ ਘਟਨਾ ਹੈ, ਔਰ ਭਾਰਤ ਦਾ ਲੋਕ ਰਾਜ ਬਿਲਕੁਲ ਕੋਈ ਲੋਕ ਰਾਜ ਨਹੀਂ ਹੈ, ਉੱਥੇ ਗੁੰਡਾਗਰਦੀ ਦਾ ਰਾਜ ਲੱਗਦਾ ਹੈ ਸਾਨੂੰ, ਤੇ ਇਹ ਬਿਮਾਰ ਲੋਕ ਰਾਜ ਦੀ ਸਥਿਤੀ ਹੈ। ਬਿਲਕੁਲ ਸਹੀ ਗੱਲ। ਦੂਜੇ ਪਾਸੇ ਸਾਡੇ ਕੋਲ ਇੱਕ ਬਹੁਤ ਹੀ ਲੋਕ ਇਨਸਾਫ਼ ਪਾਰਟੀ ਦੇ ਨੌਜਵਾਨ ਲੀਡਰ ਜਿਹੜਾ ਹੈ ਸਿਮਰਜੀਤ ਸਿੰਘ ਬੈਂਸ ਨੂੰ ਜਾਨੋਂ ਮਾਰ ਦੇਣ ਦੀ ਧਮਕੀ ਜਿਹੜੀ ਹੈ ਆਫੀਸ਼ੀਅਲ ਤੌਰ ਦੇ ਉੱਤੇ ਪ੍ਰਾਪਤ ਹੋਈ ਹੈ। ਠੀਕ ਹੈ ਜੀ, ਇਸ ਦਾ ਮਤਲਬ ਤਾਂ ਆਇਆ ਕਿ ਲੋਕ ਜਿਹੜੇ ਨੇ
ਭਾਰਤੀ ਲੋਕ ਰਾਜ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ, ਉਹ ਆਪਣੇ ਨਿੱਜੀ ਕੀੜਾਂ ਕੱਢਣ ਵਾਸਤੇ ਇਹਨਾਂ ਮੌਕਿਆਂ ਦਾ ਫਾਇਦਾ ਉਠਾਉਂਦੇ ਨੇ। ਬਿਲਕੁਲ ਸਹੀ ਗੱਲ, ਹਾਂਜੀ। ਬਾਕੀ ਰਹੀ ਗੱਲ, ਸਾਰੀਆਂ ਸੀਟਾਂ ਦੇ ਉੱਤੇ ਬਹੁਤ ਸਰਗਰਮ ਹੈ, ਬਹੁਤ ਭਖਿਆ ਹੋਇਆ ਹੈ। ਤੁਸੀਂ ਵੀ ਆਏ ਹੋ, ਮੈਂ ਵੀ ਪਰਸਨ 'ਚ ਉੱਥੇ ਇੱਥੇ ਪਹੁੰਚ ਗਿਆ ਹਾਂ। ਉੱਥੇ ਕਿਸੇ ਕਿਸਮ ਦੀ ਸਿਆਸੀ ਗੱਲ ਜਾਂ ਪੰਜਾਬ ਦੇ ਫਾਇਦੇ ਦੀ ਕੋਈ ਗੱਲ ਨਹੀਂ ਹੋ ਰਹੀ, ਨਾ ਹੀ ਭਾਰਤ ਵਿੱਚ ਕੌਮੀ ਪੱਧਰ ਦੇ ਉੱਤੇ ਲੋਕ ਰਾਜ ਜਿਸ ਤਰ੍ਹਾਂ ਪਿਛਲੇ 5 ਸਾਲ ਦੇ ਵਿੱਚ ਅਸੀਂ ਦੇਖਿਆ ਹੈ। ਉਹ ਕਹਿੰਦੇ ਨੇ ਕਿ ਜੀ ਘੁਟਾਲਾ ਰਹਿਤ 5 ਸਾਲ ਸਰਕਾਰ ਰਹੀ ਆ, ਪਰ ਜਿੰਨੇ ਘੁਟਾਲੇ ਪਿਛਲੇ 5 ਸਾਲਾਂ ਵਿੱਚ ਹੋਏ ਨੇ, ਨੀਰਜ ਮੋਦੀ, ਲਲਿਤ ਮੋਦੀ, ਵਿਜੇ ਮਾਲਿਆ, ਇਹ ਨਾਂ ਜਿਹੜੇ ਨੇ ਇਹ ਘੁਟਾਲਿਆਂ ਦੇ ਨਾਂ ਨੇ। ਠੀਕ ਹੈ ਜੀ। ਇਸ ਕਰਕੇ ਲੋਕਾਂ ਬਾਰੇ ਕੋਈ ਘੱਟ ਖਿਆਲ ਕੀਤਾ ਜਾਂਦਾ। ਅਸੀਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਾਂਗੇ ਕਿ ਕੋਈ ਹਰਜ ਨਹੀਂ, ਜੇ ਤੁਸੀਂ ਆਪਣੇ ਆਪ ਦਾ ਹੀ ਖਿਆਲ ਰੱਖੋ, ਪੰਜਾਬ ਦਾ ਹੀ ਖਿਆਲ ਰੱਖੋ, ਔਰ ਪੰਜਾਬ ਦੇ ਵਿੱਚ ਵਧੀਆ ਉਮੀਦਵਾਰ, ਕਾਬਲ ਉਮੀਦਵਾਰ, ਢੁਕਵੇਂ ਵਿਦਿਅਕ ਉਮੀਦਵਾਰ ਲਿਆ ਕੇ ਉਹਨਾਂ ਨੂੰ ਅੱਗੇ ਲੜਨ ਦਾ ਮੌਕਾ ਦਿਓ। ਸ਼ੇਰਗਾ ਜੀ, ਤੁਹਾਡਾ ਪਟਿਆਲਾ ਹਲਕਾ ਆ, ਪਟਿਆਲੇ ਸ਼ਹਿਰ 'ਚ ਤੁਸੀਂ ਰਹਿੰਦੇ ਹੋ, ਪਟਿਆਲੇ ਦਾ ਮੁੱਖ ਮੰਤਰੀ ਆ, ਪਟਿਆਲੇ ਦੇ ਮੁੱਖ ਮੰਤਰੀ ਦੇ ਘਰ ਵਾਲੀ ਖੜੀ, ਉਸ ਸੀਟ 'ਤੇ ਕੀ ਹੈ ਟੱਕਰ? ਪਹਿਲੀ ਗੱਲ ਤਾਂ ਇਹ ਆ ਜੀ, ਜਦ ਉਹਨਾਂ ਨੇ ਕਾਂਗਰਸ ਦਾ ਹੀ ਅਸੂਲ ਆ, ਜਿਹੜਾ ਵੀ ਇੱਕ ਘਰ ਦੇ ਵਿੱਚੋਂ ਇੱਕ ਹੀ ਬੰਦਾ ਸਿਆਸਤਦਾਨ ਹੋਵੇ, ਉਹ 2 ਕਿਉਂ ਹੋਏ ਜੀ? ਪਰ ਦੂਸਰੇ ਪਾਸੇ ਇਹ ਹੈ, ਹਾਂ, ਮਹਾਰਾਜਾ ਅਮਰਿੰਦਰ ਸਿੰਘ ਮੁੱਖ ਮੰਤਰੀ ਨੇ, ਜਦੋਂ ਇਹੋ ਜਿਹੇ ਚੋਣਾਂ ਹੁੰਦੀਆਂ ਨੇ ਤਾਂ ਉਹਨਾਂ ਦਾ ਜਿਹੜੀ ਚੀਜ਼ ਹੈ ਉਹ ਉੱਤੇ ਹੁੰਦੀ ਹੈ। ਪਰ ਇਸ ਦਫ਼ਾ ਜਿਹੜਾ ਹੈ ਉਹਨਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਵਾਲੇ ਵੀ ਸੁਖਬੀਰ ਸਿੰਘ ਬਾਦਲ ਕਾਫ਼ੀ ਐਕਟਿਵ ਹੋਏ ਨੇ, ਔਰ ਸੁਰਜੀਤ ਸਿੰਘ ਰੱਖੜਾ ਜਿਹੜੇ ਪੁਰਾਣੇ ਉੱਥੇ ਦੇ ਹੰਢੇ ਹੋਏ ਬੰਦੇ ਨੇ, 10 ਸਾਲ ਉਹ ਮੰਤਰੀ ਵੀ ਰਹੇ ਨੇ, ਉਹ ਮਹਾਰਾਣੀ ਪ੍ਰਨੀਤ ਕੌਰ ਦੇ ਖਿਲਾਫ਼ ਅਕਾਲੀ ਦਲ ਦੇ ਉਮੀਦਵਾਰ ਨੇ। ਸੋ ਮੁਕਾਬਲਾ ਸਖ਼ਤ ਹੈ ਤੁਹਾਡੇ ਖਿਆਲ? ਮੁਕਾਬਲਾ ਸਖ਼ਤ ਹੈ, ਪਰ ਦੂਸਰੇ ਪਾਸੇ ਜਿਹੜਾ ਪਿਛਲੇ 2014 ਦੇ ਵਿੱਚ ਜਦੋਂ ਜਿਹੜੇ ਮੈਂਪੀ ਬਣੇ ਸੀ ਆਮ ਆਦਮੀ ਪਾਰਟੀ ਦੇ, ਭਾਵੇਂ ਆਮ ਆਦਮੀ ਪਾਰਟੀ ਟੀਲਾ ਟੀਲਾ ਹੋ ਗਈ ਆ, ਉਹਨਾਂ ਦਾ ਸਾਰਾ ਕੋਈ ਪ੍ਰੋਬਲਮ, ਸਾਰੇ ਸਟੇਟ ਦੇ ਵਿੱਚ, ਪੰਜਾਬ ਦੇ ਵਿੱਚ 4 ਉਮੀਦਵਾਰ ਵੀ ਬਣੇ, ਪਰ ਉਹਨਾਂ ਤੋਂ ਆਪਣਾ ਮੈਨੇਜਮੈਂਟ ਨਹੀਂ ਹੋਈ। ਇਸ ਕਰਕੇ ਉਹਨਾਂ ਦਾ ਜਿਹੜਾ ਉਮੀਦਵਾਰ ਧਰਮਵੀਰ ਗਾਂਧੀ ਸੀ, ਉਹ ਵੀ ਕੱਲਾ ਘਰੋ ਘਰੀ ਜਾ ਰਿਹਾ ਹੈ। ਪਰ ਬੁਨਿਆਦੀ ਤੌਰ ਦੇ ਉੱਤੇ ਨਤੀਜਾ ਅਸਲੀ ਤਾਂ ਜੀ 23 ਤਾਰੀਖ ਨੂੰ ਜਦੋਂ ਨਤੀਜਾ ਆਊਗਾ ਉਦੋਂ ਹੀ ਪਤਾ ਲੱਗੂ। ਬਹੁਤ ਬਹੁਤ ਮਿਹਰਬਾਨੀ ਸ਼ੇਰਗਾ ਜੀ, ਆਪਾਂ ਅਗਲੇ ਹਫ਼ਤੇ ਬਾਰੇ ਫਿਰ ਖੁੱਲ੍ਹੀ ਚਰਚਾ ਕਰਾਂਗੇ ਇਸ ਦੇ ਉੱਪਰ। ਬਹੁਤ ਬਹੁਤ ਮਿਹਰਬਾਨੀ ਜੀ, ਆਇਆਂ ਨੂੰ ਜੀ। ਇਹ ਸਨ ਨਿਰਪਾਲ ਸਿੰਘ ਸ਼ੇਰਗਾ ਜਿਨ੍ਹਾਂ ਨੇ ਸਾਰੀ ਰਿਪੋਰਟ ਦਿੱਤੀ ਹੈ, ਕਿਉਂਕਿ ਬਾਦਲ ਪਿੰਡ ਦੇ ਬਾਹਰ, ਉਸਦੀ ਬਾਦਲ ਦੀ ਕੋਠੀ ਦੇ ਬਾਹਰ ਜਿਹੜੀਆਂ ਪੰਥਕ ਜਥੇਬੰਦੀਆਂ ਬਰਗਾੜੀ ਮੋਰਚੇ ਵਾਲੇ ਨੇ, ਇਹ ਆਪਸ ਵਿੱਚ ਤਲਵਾਰੋ ਤਲਵਾਰੀ ਹੋਈ, ਖਿੱਚੋ ਤੋਂ ਹੀ ਲੋਕਾਂ ਦੇ ਵਿੱਚ ਇਹ ਮਖੌਲ ਬਣ ਗਏ ਨੇ ਇਹ ਲੋਕ, ਵੀ ਇਹਨਾਂ ਨੇ ਕਾਲੀਆਂ ਝੰਡੀਆਂ ਨਾਲ ਉੱਥੇ ਜਾ ਕੇ ਕਿਵੇਂ ਆਪਣਾ ਜਿਹੜਾ ਗੁੱਸੇ ਦਾ ਇਜ਼ਹਾਰ ਕੀਤਾ, ਕਿਉਂਕਿ ਕਾਫੀ ਦੇਰ ਤੋਂ ਇਹ 6 ਮਹੀਨੇ ਸਾਲ ਤੋਂ ਇਹ ਕੰਮ ਚੱਲ ਰਿਹਾ ਹੈਗਾ। ਉਸਦੀ ਕੋਠੀ ਦੇ ਸਾਹਮਣੇ ਉਸਨੂੰ ਘੇਰਨਾ ਕੀ ਲੋੜ ਪੈ ਗਈ ਸੀ, ਔਰ ਫਿਰ ਆਪਸ ਵਿੱਚ ਲੜ ਪੈਣਾ ਉੱਥੇ ਦੇ ਪ੍ਰਸ਼ਾਸਨ ਦੇ ਉੱਪਰ। ਲੋਕ ਪ੍ਰਸ਼ਾਸਨ ਨੂੰ ਪੁੱਛ ਰਹੇ ਨੇ ਕਿ ਇੰਨੇ ਲੋਕ ਕਿਰਪਾਨਾਂ ਤਲਵਾਰਾਂ ਦੇ ਨਾਲ ਸਰਕਾਰੀ ਬੈਰੀਅਰ ਤੋੜ ਕੇ ਕਿਸੇ ਦੇ ਘਰ 'ਤੇ ਹਮਲਾ ਕਰਨ ਕਿਸ ਤਰ੍ਹਾਂ ਪਹੁੰਚੇ ਨੇ। ਇਸ ਦੇ ਨਾਲ ਬਾਦਲਾਂ ਨੂੰ ਨੁਕਸਾਨ ਨਹੀਂ, ਫਾਇਦਾ ਹੀ ਹੋਇਆ, ਕਿਉਂਕਿ ਲੋਕਾਂ ਦੀ ਜੋ ਸਹਾਨੁਭੂਤੀ ਹੈ, ਲੋਕਾਂ ਦੀ ਹਮਦਰਦੀ ਇਸ ਦੇ ਨਾਲ ਜਿਹੜੀ ਜੁੜੀ ਹੈਗੀ ਆ। ਗੱਲ ਕਰਦੇ ਹਾਂ ਗੁਰਦਾਸਪੁਰ ਦੀ ਸੀਟ 'ਤੇ, ਸੁਨੀਲ ਜਾਖੜ ਆਪਣੇ ਆਪ ਨੂੰ ਪੱਕਾ ਜੇਤੂ ਸਮਝ ਰਿਹਾ ਸੀ, ਪਰ ਉੱਥੇ ਧਰਮਿੰਦਰ ਦਾ ਲੜਕਾ ਜਿਹੜਾ ਆ ਸਨੀ ਦਿਓਲ, ਉਸਦੇ ਆ ਜਾਣ ਦੇ ਨਾਲ ਲੋਕਾਂ ਦਾ ਹਜੂਮ, ਖਾਸ ਕਰ ਜੋ ਯੂਥ ਹੈ ਉੱਥੇ ਦਾ, ਨਾਲ ਜੁੜ ਜਾਣ ਦੇ ਨਾਲ ਇਹ ਜਿਹੜੀ ਸੀਟ ਆ ਕਾਂਗਰਸ ਦੇ ਹੱਥੋਂ ਜਿਹੜੀ ਆ ਖਿਸਕਦੀ ਨਜ਼ਰ ਆ ਰਹੀ ਹੈ। ਉਸ ਤੋਂ ਅੱਗੇ ਜਲੰਧਰ ਦੀ ਸੀਟ 'ਤੇ ਆਪਾਂ ਨਿਗਾਹ ਮਾਰਾਂਗੇ। ਕੱਲ੍ਹ ਦੀ ਖਬਰ ਦੇ ਮੁਤਾਬਕ ਸੰਤੋਖ ਚੌਧਰੀ ਜਿਹੜਾ ਕਿ ਇਹ ਸੀਟ ਜਿੱਤ ਰਿਹਾ ਸੀ, ਇਸ ਵੇਲੇ ਸੀਟ ਜਿਹੜੀ ਆ ਫਸ ਗਈ ਹੈ ਅਕਾਲੀ ਦਲ ਅਤੇ ਕਾਂਗਰਸ ਦੇ ਵਿੱਚ। ਉਸਦਾ ਵੱਡਾ ਰੀਜ਼ਨ ਹੈ ਕਿ ਕਾਂਗਰਸ ਦੇ ਕੋਲ ਜਿਹੜੇ ਉੱਥੇ ਦੇ ਸਥਾਨਕ ਲੀਡਰ ਸੀ, ਮਹਿੰਦਰ ਸਿੰਘ KP ਜਾਂ 2 ਹੋਰ MP, ਇਸੇ ਤਰ੍ਹਾਂ ਨਗੋਦਰ ਤੋਂ ਸਮਰਾ, ਜਗੀਤ ਬਰਾੜ, ਇਹ ਜਿਹੜੇ ਸਾਰੇ ਲੋਕ ਆ ਇਹਨਾਂ ਨੇ ਆਪਣੇ ਪੈਰ ਪਿਛਾਂ ਖਿੱਚ ਲਏ ਨੇ ਉਸਦੀ ਮਦਦ ਕਰਨ ਤੋਂ। ਇੱਥੇ ਤੋਂ ਕਿ ਸਰਵਨ ਸਿੰਘ ਫਲੌਰ ਜਿਹੜਾ ਅਕਾਲੀ ਦਲ ਛੱਡ ਕੇ ਵੀ ਕਾਂਗਰਸ 'ਚ ਗਿਆ ਸੀ, ਉਸਦਾ ਵੀ ਆਖਣਾ ਹੈ ਕਿ ਚੌਧਰੀ ਸੰਤੋਖ ਸਿੰਘ ਬੜਾ ਘਮੰਡੀ ਇਨਸਾਨ ਹੈ, ਪਰ ਕਾਂਗਰਸ ਦੇ ਨਾਤੇ ਹੋਣ 'ਤੇ ਵੋਟ ਤਾਂ ਉਹਨੂੰ ਪਾਉਣੀ ਪਊ, ਉਹਦਾ ਇਹ ਲਿਹਾਜ਼ਾ ਸੀ। ਸੋ ਕਹਿਣ ਤੋਂ ਭਾਵ ਵੀ ਇਹ ਲੋਕ ਇਹਦੇ ਨਾਲ ਨਹੀਂ ਤੁਰ ਰਹੇ। ਔਰ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੇ ਵਿੱਚ ਜਿਹੜੀ BJP ਦੀ ਵੋਟ ਅਤੇ ਵਰਕਰ ਨੇ, ਉਹਨਾਂ ਨੇ ਮੋਦੀ ਨੂੰ ਜਿਤਾਉਣ ਦੀ ਖਾਤਰ ਘਰੋ ਘਰੀ ਜਿਹੜੇ ਸ਼ਹਿਰਾਂ ਦੇ ਵਿੱਚ ਜਾ ਕੇ ਡੇਰੇ ਲਾ ਰਹੇ, ਔਰ ਸ਼ਹਿਰਾਂ ਦੇ ਵਿੱਚ ਜਿਹੜੀ ਆਪਣੀ ਵੋਟ ਆ BJP ਵਾਲੀ ਉਹ ਅਕਾਲੀ ਦਲ ਨੂੰ ਪਵਾ ਰਹੇ ਨੇ ਅਕਾਲੀ ਦਲ ਦੀਆਂ ਸੀਟਾਂ ਦੇ ਉੱਪਰ। ਇਸ ਵੇਲੇ ਪੰਜਾਬ ਦੇ ਵਿੱਚ ਇਹ ਇੱਕ ਵੱਡੀ ਜਿਹੜੀ ਤਬਦੀਲੀ ਆਈ ਹੈ। ਦੂਸਰੇ ਪਾਸੇ ਕਿਉਂਕਿ ਚਰਨਜੀਤ ਸਿੰਘ
ਮਜ਼ਹਬੀ ਜਿਹੜਾ ਉੱਥੇ ਭਾਈਚਾਰੇ ਦੇ ਨਾਲ ਸੰਬੰਧ ਰੱਖਦਾ, ਔਰ ਜਲੰਧਰ ਦੇ ਵਿੱਚ ਜਿਹੜੀ ਮਜ਼ਹਬੀ ਵੋਟ ਹੈ 2.5 ਲੱਖ ਦੇ ਕਰੀਬ ਹੈ, ਅਤੇ ਜੋ ਰਵਿਦਾਸੀਆ ਭਾਈਚਾਰੇ ਦੀ ਵੋਟ ਹੈ ਉਹ 3 ਲੱਖ ਦੇ ਕਰੀਬ ਹੈਗੀ ਆ, ਅਤੇ ਇਹ ਸਾਰਾ ਚਰਨਜੀਤ ਸਿੰਘ ਅਟਵਾਲ ਦਾ ਜਿਹੜਾ ਭਾਈਚਾਰਾ ਸਾਰਾ ਇਸ ਦੇ ਨਾਲ ਉਹ ਉਤੁਰਿਆ ਹੈਗਾ, ਕਿਉਂਕਿ ਬਹੁਤ ਸਾਰੀਆਂ ਉੱਥੇ ਸਫਾਈ ਮਜ਼ਦੂਰ ਸਭਾਵਾਂ ਜਿਹੜੀਆਂ ਕਾਂਗਰਸ ਦੇ ਨਾਲ ਸਨ, ਕਾਂਗਰਸ ਵਾਲੇ ਉਹਨਾਂ ਨੂੰ ਮਨਾਉਣ ਦੇ ਵਿੱਚ ਫੇਲ ਰਹੇ ਨੇ, ਉਹ ਵੀ ਚਰਨਜੀਤ ਦੇ ਨਾਲ ਇਹ ਤੁਰੀਆਂ ਨੇ। ਅਤੇ ਅਗਰ ਮਹਿੰਦਰ ਸਿੰਘ KP ਆਪਣੇ ਵੋਟਾਂ ਮੰਡੇ ਜਾਂ ਹੋਰ ਜਿਹੜੀਆਂ ਵੋਟਾਂ 20 ਤੋਂ 25 ਹਜ਼ਾਰ ਵੋਟਾਂ ਇੱਧਰ ਉੱਧਰ ਕਰਾ ਜਾਂਦਾ ਹੈ, ਤਾਂ ਇਸਦਾ ਸਿੱਧਾ ਜਿਹੜਾ ਫਰਕ 40-50 ਹਜ਼ਾਰ ਦਾ ਚੌਧਰੀ ਸੰਤੋਖ ਨੂੰ ਪਏਗਾ। ਪਿਛਲੀ ਵਾਰੀ ਚੌਧਰੀ ਸੰਤੋਖ ਸਿੰਘ 70 ਹਜ਼ਾਰ ਵੋਟ 'ਤੇ ਜਿੱਤਿਆ ਸੀ, ਇਸ ਵਾਰੀ ਜਿਹੜੀ ਹੈ ਸੀਟ ਜਲੰਧਰ ਦੀ ਫਸਦੀ ਨਜ਼ਰ ਆ ਰਹੀ ਹੈ। ਆਉਂਦੇ 8-10 ਦਿਨਾਂ 'ਚ ਅਗਰ ਭਾਰਤੀ ਜਨਤਾ ਪਾਰਟੀ ਨੇ ਆਪਣੇ ਕੇਡਰ ਨੂੰ ਹੋਰ ਤਕੜਾ ਕਰ ਲਿਆ ਔਰ ਕੁਛ ਲੀਡਰ ਆਏ, ਅਤੇ ਇਹ ਜਿਹੜੀ ਸੀਟ ਦਾ ਵੀ ਜਿਹੜਾ ਪਾਸਾ ਪੜ ਸਕਦਾ, ਇਹ ਜਿਹੜੀ ਕੱਲ੍ਹ ਦੀ ਜਿਹੜੀ ਖਬਰ ਹੈ। ਹੁਸ਼ਿਆਰਪੁਰ ਸੀਟ ਜਿਹੜੀ ਆ ਉੱਥੇ MLA ਸੋਮਨਾਥ ਜਿਹੜਾ ਕਰਾ, ਉੱਥੇ ਆਪਾਂ ਨੂੰ ਪਤਾ ਕਿ ਪਹਿਲਾਂ ਜਿਹੜਾ ਮੈਂਬਰ ਪਾਰਲੀਮੈਂਟ ਸੀ ਭਾਰਤੀ ਜਨਤਾ ਪਾਰਟੀ ਦੇ, ਉਸਨੂੰ ਸਾਂਪਲਾ ਨੂੰ ਸੀਟ ਨਹੀਂ ਦਿੱਤੀ ਗਈ, ਪਰ ਫਿਰ ਵੀ ਉਹ ਨਾਲ ਹੈ, ਹਮਾਇਤ ਦੇ ਉੱਪਰ ਹੈਗਾ। ਅਤੇ ਹੁਸ਼ਿਆਰਪੁਰ ਸੀਟ 'ਤੇ ਵੀ ਜੇ ਉੱਪਰ ਜਿਹੜਾ ਮੁਕਾਬਲਾ, ਬੇਸ਼ੱਕ BJP ਉਸਨੂੰ ਆਪਣੀ ਸੀਟ ਸਮਝ ਰਹੀ ਪੱਕੀ ਜਿੱਤੀ, ਪਰ ਉੱਥੇ ਵੀ ਜਿਹੜਾ ਮੁਕਾਬਲਾ ਹੈ। ਅਨੰਦਪੁਰ ਸਾਹਿਬ 'ਤੇ ਮਨੀਸ਼ ਤਿਵਾੜੀ ਹੈ ਚੰਦੂ ਮਾਜਰੇ ਦੇ ਮੁਕਾਬਲੇ 'ਤੇ, ਔਰ ਮਨੀਸ਼ ਤਿਵਾੜੀ ਨੂੰ ਬਾਹਰੀ ਮੰਨਿਆ ਗਿਆ ਹੈ, ਔਰ ਇਸ ਦਾ ਚਿਹਰਾ ਜਾਂ ਇਸ ਨੂੰ ਐਂਟੀ ਸਿੱਖ ਵੀ ਉੱਥੇ ਪ੍ਰਚਾਰ ਇਸ ਦਾ ਹੋ ਰਿਹਾ ਹੈਗਾ। ਅਤੇ ਇਹ ਜਿਹੜੀਆਂ ਸੀਟਾਂ ਪੰਜਾਬ ਦੀਆਂ ਆ, ਕਿਉਂਕਿ ਹਾਲੇ ਅੱਜ 9 ਤਰੀਕ ਨੇ, 10 ਦਿਨ ਹਾਲੇ ਵੋਟਾਂ ਦੇ ਵਿੱਚ ਪਏ ਨੇ, ਅਗਲੇ 8 ਦਿਨ ਕਿਹੜੀਆਂ ਕਿਹੜੀਆਂ ਗੇਮਾਂ ਉੱਥੇ ਸਰਕਾਰ ਖੇਡਦੀ ਹੈ ਔਰ ਵਿਰੋਧੀ ਖੇਡਦੇ ਨੇ। ਜਿਸ ਤਰ੍ਹਾਂ ਸ਼ੇਰਗਿੱਲ ਜੀ ਨੇ ਦੱਸਿਆ ਕਿ ਸਿਆਸਤ ਦਾ ਜਿਹੜਾ ਮਿਆਰ ਹੈ ਉਹ ਕੁਛ ਰਾਜਸੀ ਲੀਡਰਾਂ ਨੇ ਪੰਜਾਬ ਦੇ ਮਾਹੌਲ ਨੂੰ ਜ਼ਹਿਰੀਲਾ ਕਰਨ ਦਾ ਜਿਹੜਾ ਕੰਮ ਕਰ ਰਹੀਆਂ ਨੇ ਉਹ ਨਹੀਂ ਹੋਣਾ ਚਾਹੀਦਾ, ਕਿਉਂਕਿ ਉੱਥੇ ਆਪਣੇ ਸਾਰੇ ਭਾਈਵੰਦ ਰਿਸ਼ਤੇਦਾਰ ਦੋਸਤ ਮਿੱਤਰ ਨੇ। ਅਮਨ ਸ਼ਾਂਤੀ ਨਾਲ ਜਿਹੜੀਆਂ ਵੋਟਾਂ ਪੈਣੀਆਂ ਚਾਹੀਦੀਆਂ ਤਾਂ ਕਿ ਪੰਜਾਬ ਦੇ ਭਵਿੱਖ ਦੀ, ਪੰਜਾਬ ਦੇ ਜੋ ਹਰ ਪਾਸਿਓਂ ਤਰੱਕੀ ਦੀ ਗੱਲ ਜਿਹੜੀ ਆ ਉਹ ਲੋਕ ਜਿਹੜੇ ਆ MP ਪਾਰਲੀਮੈਂਟ ਦੇ ਵਿੱਚ ਜਾ ਕੇ ਕਰ ਸਕਣ। ਇਹਨਾਂ ਖਬਰਾਂ ਦੇ ਨਾਲ ਨਜ਼ਰ ਜੋ ਮਾਰੀ ਹੈ, ਆ ਇਜਾਜ਼ਤ ਲੈਂਦਾ ਹਾਂ, ਇਜਾਜ਼ਤ ਦਿਓ। ਅਗਲੇ ਹਫ਼ਤੇ ਫਿਰ ਆਪਾਂ ਚੋਣਾਂ 'ਤੇ ਹੋ ਸਕਦਾ 1-2 ਪ੍ਰੋਗਰਾਮ ਹੋਰ ਵੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਤੁਸੀਂ ਅਕਾਲ ਚੈਨਲ ਨੂੰ ਕਿਸੇ ਵੀ ਸਮੇਂ ਕਿਸੇ ਵੀ ਥਾਂ ਤੇ ਦੇਖ ਸਕਦੇ ਹੋ, ਉਹ ਵੀ ਅਕਾਲ ਚੈਨਲ ਦੀ ਐਪ ਦੇ ਜ਼ਰੀਏ, ਜਿਸ ਦੇ ਵਿੱਚ ਲਾਈਵ TV ਪ੍ਰੋਗਰਾਮ, ਵੀਡੀਓਜ਼, ਕੈਚਅਪ TV, ਅਕਾਲ ਰੇਡੀਓ ਅਤੇ ਨੋਟਿਸ ਦੇ ਵਿੱਚ ਸਾਰੇ ਪ੍ਰੋਗਰਾਮਾਂ ਦਾ ਵੇਰਵਾ ਮੌਜੂਦ ਹੈ। ਤੁਸੀਂ ਇਸ ਐਪ ਦੇ ਜ਼ਰੀਏ ਗੁਰਬਾਣੀ ਸੰਥਿਆ ਦਾ ਵੀ ਆਨੰਦ ਮਾਣ ਸਕਦੇ ਹੋ। ਅਕਾਲ ਚੈਨਲ ਦੀ ਐਪ ਨੂੰ ਹੁਣੇ ਡਾਊਨਲੋਡ ਕਰੋ ਗੂਗਲ ਪਲੇ ਸਟੋਰ ਅਤੇ ਐਪ ਸਟੋਰ ਦੇ ਵਿੱਚੋਂ। ਵਰਲਡ ਨੰਬਰ 1 ਸਿੱਖ ਮੀਡੀਆ ਚੈਨਲ, ਅਕਾਲ ਚੈਨਲ।